ਸੁਪਰ ਕਬੱਡੀ ਖਿਡਾਰੀ ਰਿੰਪਾ ਡੋਲੀ ਭਾਈ, ਇਹਨਾਂ ਵੱਲੋਂ 2100 ਰੁਪਇਆ ਸਵਰਗੀ ਮਹਿੰਦਰ ਸਿੰਘ ਮੈਂਬਰ ਪੰਚਾਇਤ ਦੀ ਯਾਦ ਵਿੱਚ ਦਿੱਤਾ ਗਿਆ ਜੀ। ਸਰਪੰਚ ਸਿੰਘ ਭੇਖਾ, ਸਰਪੰਚ ਭੇਖਾ ਇਹਨਾਂ ਵੱਲੋਂ 1100 ਰੁਪਇਆ, ਚਮਕੌਰ ਸਿੰਘ ਢਲ ਕਲਾਂ ਇਹਨਾਂ ਵੱਲੋਂ 1100 ਰੁਪਇਆ, ਕੁੱਕੀ ਡੋਲੀ ਭਾਈ 3100 ਰੁਪਇਆ, ਗੁਰਪ੍ਰੀਤ ਡੋਲੀ ਭਾਈ 5000, ਕਾਕਾ ਮੱਲੀ 1500 ਰੁਪਇਆ, ਗੁਰਦੇਵ ਸਿੰਘ ਜੀ ਜੋਗੇਵਾਲਾ ਜੋ ਕਿ ਸਾਡੇ ਪਿਤਾ ਜੀ ਦੇ ਬਹੁਤ ਹੀ ਅਜ਼ੀਜ਼ ਦੋਸਤ ਸਨ, ਉਹਨਾਂ ਦੇ ਪਰਿਵਾਰ ਵੱਲੋਂ 1100 ਰੁਪਇਆ, ਸੁਖਦੇਵ ਸਿੰਘ ਅਤੇ ਹਰਦੇਵ ਸਿੰਘ ਪੋਲਾ ਸਮਾਲਸਰ ਇਹਨਾਂ ਵੱਲੋਂ 2100 ਰੁਪਇਆ ਦਿੱਤਾ ਗਿਆ ਜੀ। ਦਾਨੀ ਸੱਜਣਾ ਦਾ ਅਸੀਂ ਕਲੱਬ ਵੱਲੋਂ ਤਹਿ ਦਿਲੋਂ ਧੰਨਵਾਦ ਕਰ ਰਹੇ ਹਾਂ ਜੀ। ਮੂਵੀ ਵਾਸਤੇ ਪੰਜਾਬ ਲਾਈਵ 1.com ਇਹਨਾਂ ਵੱਲੋਂ ਸਾਰੀ ਕਵਰੇਜ ਕੀਤੀ ਜਾਣੀ ਹੈ ਜੀ। ਸਾਊਂਡ ਦੀ ਸੇਵਾ ਜੋ ਰੋਸ਼ਨ ਤਲਵੰਡੀ ਭਾਈ, ਬਹੁਤ ਹੀ ਵਧੀਆ ਸਾਊਂਡ ਰੋਸ਼ਨ ਤਲਵੰਡੀ ਭਾਈ ਇਹਨਾਂ ਵੱਲੋਂ ਕੀਤੀ ਜਾਣੀ ਜੀ। ਟੈਂਟ ਡਗਰੂ ਤੋਂ ਗਊਸ਼ਾਲਾ ਔਸ਼ਾਦਲੇ ਵੱਲੋਂ ਇਹਨਾਂ ਵੱਲੋਂ ਸੇਵਾ ਕੀਤੀ ਗਈ ਜੀ। ਆਏ ਹੋਏ ਸ਼ਿਕਾਰੀ ਵੀਰਾਂ ਦਾ ਅਸੀਂ ਤਹਿ ਦਿਲ ਧੰਨਵਾਦ ਹਾਂ ਤੇ ਰਿਣੀ ਹਾਂ ਜਿਹੜੇ ਤੁਸੀਂ ਸਾਡੇ ਮੇਲੇ ਨੂੰ ਆ ਕੇ ਚਾਰ ਚੰਨ ਲਗਾਏ ਜੀ। ਇਸ ਕਲੱਬ ਨੂੰ ਮਾਲੀ ਸਹਾਇਤਾ ਦਿੱਤੀ ਹੈ, ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਕੇਵਲ ਸਿੰਘ ਕਮਾਲਪਤੀ 4000 ਰੁਪਇਆ, ਰਵਿੰਦਰਜੀਤ ਸਿੰਘ ਚੋਲਾ ਸਾਹਿਬ 3100 ਰੁਪਇਆ, ਕਮਲ ਤੇ ਇੰਦਰਪ੍ਰੀਤ ਡੋਲੀ ਭਾਈ ਇਹਨਾਂ ਵੱਲੋਂ 10000 ਰੁਪਇਆ, ਸੇਵਕ ਸਿੰਘ ਸਦੇਵਪਤੀ 2100 ਰੁਪਇਆ, ਗੁਰਜੀਤ ਸਿੰਘ ਕੁਖਰਾਣਾ ਤੇ ਪੰਮਾ ਮੋਗਾ ਇਹਨਾਂ ਵੱਲੋਂ 10000 ਰੁਪਇਆ, ਅੰਮ੍ਰਿਤਪਾਲ ਸਿੰਘ ਥਾਣਾ ਸਿੰਘ ਜੋ ਕਿ ਕਬੱਡੀ ਪਲੇਅਰ ਸਾਡੇ ਪਿੰਡ ਦੇ ਸੀ ਉਹਨਾਂ ਦੀ ਯਾਦ ਵਿੱਚ ਅੰਮ੍ਰਿਤਪਾਲ ਸਿੰਘ ਵੱਲੋਂ 2100 ਰੁਪਇਆ, ਰਿੰਪਾ ਕਬੱਡੀ ਪਲੇਅਰ ਡੋਲੀ ਭਾਈ ਵੱਲੋਂ 2100 ਰੁਪਇਆ, ਸਵਰਗੀ ਮਹਿੰਦਰ ਸਿੰਘ ਮੈਂਬਰ ਦੀ ਯਾਦ ਵਿੱਚ ਸਰਪੰਚ ਸਿੰਘ ਭੇਖਾ ਇਹਨਾਂ ਵੱਲੋਂ 1100 ਰੁਪਇਆ, ਚਮਕੌਰ ਸਿੰਘ ਢਲ ਕਲਾਂ 1100 ਰੁਪਇਆ, ਗੁਰਪ੍ਰੀਤ ਡੋਲੀ ਭਾਈ 5000 ਰੁਪਇਆ, ਕੁੱਕੀ ਡੋਲੀ ਭਾਈ ਇਹਨਾਂ ਵੱਲੋਂ 3100, ਕਾਕਾ ਮੱਲੀ 1500 ਰੁਪਇਆ, ਭੋਲੂ ਗਰੇਵਾਲ ਇਹਨਾਂ ਵੱਲੋਂ 10000 ਰੁਪਇਆ, ਜੋ ਕਿ ਮਾਸਟਰ ਬਾਂਤ ਸਿੰਘ ਗਰੇਵਾਲ ਦੀ ਯਾਦ ਵਿੱਚ ਪਹਿਲਾ ਨਾਮ ਇਹਨਾਂ ਵੱਲੋਂ ਦਿੱਤਾ ਜਾਣਾ ਜੀ। ਗੁਰਦੇਵ ਸਿੰਘ ਜੀ ਜੋਗੇਵਾਲਾ ਇਹਨਾਂ ਵੱਲੋਂ 1100 ਰੁਪਇਆ, ਬਚਨ ਸਿੰਘ ਸਰਪੰਚ ਡੋਲੀ ਭਾਈ ਇਹਨਾਂ ਵੱਲੋਂ ਕਲੱਬ ਨੂੰ 5000 ਰੁਪਇਆ ਦਿੱਤਾ ਜਾਂਦਾ। ਅਮਰਜੀਤ ਸਿੰਘ ਰਣਸੀ ਨੰਬਰਦਾਰ ਇਹਨਾਂ ਵੱਲੋਂ 1000 ਰੁਪਇਆ, ਪਰਮਜੀਤ ਸਿੰਘ ਜੀ ਚੋਟੀਆਂ ਇਹਨਾਂ ਵੱਲੋਂ 1000 ਰੁਪਇਆ। ਦਾਨੀ ਸੱਜਣਾ ਨੂੰ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕਲੱਬ ਨੂੰ ਇਹ ਸਹਾਇਤਾ ਦਿੱਤੀ ਹੈ ਜੀ। ਤੁਸੀਂ ਇਹਨਾਂ ਦੌੜਾਂ ਦਾ ਆਨੰਦ ਪੰਜਾਬ
ਪਤਾ ਨਹੀਂ ਭਾਈ ਟਰੈਕ ਤਾਂ ਲਾਇਆ ਹੀ ਨਹੀਂ ਹਜੇ। ਕੌਣ ਆ ਟਰੈਕ ਵਾਲਾ? ਗੋਲੂ ਤੂੰ ਕਿੱਥੇ ਰਹਿ ਗਿਆ? ਠੀਕ 10 ਮਿੰਟ ਬਾਅਦ ਪਹਿਲੀ ਡੋਰ ਸਟਾਰਟ ਹੋ ਗਈ। ਪਹਿਲੀ ਡੋਰ ਭੋਲਾ ਸਿੰਘ ਰੌਲੀ ਦਾ ਕੁੱਤਾ ਰਾਗ ਰੰਗ ਲਾਲ, ਇਹਦੇ ਬਰਾਬਰ ਜਸ਼ਨ ਸਿਵੀਆ ਦਾ ਕੁੱਤਾ ਬਰੂਸ ਰੰਗ ਲਾਲ। ਦੂਸਰੀ ਡੋਰ ਕਾਲਾ ਸਿੰਘ ਘਣੀਆ ਦਾ ਕੁੱਤਾ ਆਲਮ ਰੰਗ ਲਾਲ, ਚਿੱਟੇ ਪੜੇ ਗੁਰਸਾਵਿੰਦ ਸਿੰਘ ਝੋਕ ਹਰੀਅਰ ਦਾ ਕੁੱਤਾ ਜੋਬਨ ਕਾਲਾ ਡੱਬਾ। ਤਿੰਨ ਨੰਬਰ ਡੋਰ ਸੁਖ ਖੰਡੂਰ ਸਾਹਿਬ ਦਾ ਕੁੱਤਾ ਬਲੈਕ ਮੈਜਿਕ ਰੰਗ ਕਾਲਾ, ਚਿੱਟੇ ਪੜੇ ਮਨਜੀਤ ਸੋਢੀ ਵਾਲਾ ਦਾ ਕੁੱਤਾ ਵਿੱਕੀ ਕਾਲਾ ਡੱਬਾ। ਚਾਰ ਨੰਬਰ ਡੋਰ ਬ੍ਰਦਰ ਗਰੁੱਪ ਰਾਏਕੋਟ, ਇਹਨਾਂ ਦਾ ਕੁੱਤਾ ਲੇਜ਼ਰ ਚਿਦਰਾ ਚਿੱਟੇ। ਆਪਣੇ ਉੱਤੇ ਪਈਆਂ ਵਹਾ ਦੇਣ ਸ਼ਿਕਾਰੀ ਵੀ ਨੋਟ ਕਰਨ ਜੀ। ਚੌਥੀ ਡੋਰ ਬ੍ਰਦਰ ਗਰੁੱਪ ਰਾਏਕੋਟ ਦਾ ਕੁੱਤਾ ਲੇਜ਼ਰ ਜਿਹੜਾ ਬੜਾ ਲਾਲ ਹੋਵੇਗਾ। ਮੁਕਾਬਲੇ ਦੇ ਰਾਜੂ ਮਹੇਸਰੀ ਦਾ ਕੁੱਤਾ ਮਾਈਕ ਚਿਤਰਾ, ਇਹਦੇ ਬੜਾ ਚਿੱਟਾ ਹੋਵੇਗਾ ਜੀ। ਪੰਜ ਨੰਬਰ ਗੁਰਮੀਤ ਸਿੰਘ ਗੰਦਾਰਾ ਦਾ ਕੁੱਤਾ ਐਪੀ ਮੈਜਿਕ ਕਾਲਾ ਪਟਾ ਲਾਲ, ਮੁਕਾਬਲੇ ਦੇ ਬੱਬੂ ਗੁਰੂਸਰ ਦੀ ਕੁੱਤੀ ਜਿਮੀ ਕਾਲੀ ਪਟਾ ਸਫੈਦ ਹੋਵੇਗਾ। ਛੇ ਨੰਬਰ ਡੋਰ ਜਗਤਾਰ ਸਿੰਘ ਚੰਦ ਬਰਾਣਾ ਦਾ ਕੁੱਤਾ ਬਰਨੀ ਲਾਲ ਪਟਾ ਲਾਲ, ਮੁਕਾਬਲੇ ਦੇ ਮਲਕੀਤ ਸਿੰਘ ਖੁਰਾਣਾ ਦੀ ਕੁੱਤੀ ਮਨੀਲਾ ਲਾਲ ਡੱਬੀ, ਇਹਦੇ ਬੜਾ ਚਿੱਟਾ ਹੋਵੇਗਾ ਜੀ। ਸੱਤ ਨੰਬਰ ਡੋਰ ਰਾਜਾ ਸ਼ਾਹਕੋਟ ਦਾ ਕੁੱਤਾ ਡੇਵਿਡ ਮੋਨੀਟਰ ਕਾਲਾ, ਇਹਦੇ ਬਟਾ ਲਾਲ, ਮੁਕਾਬਲੇ ਢੋਲੂ ਗਰੋਵਾਲ ਦੀ ਗੁੱਦੀ ਨੂਰੀ ਕਾਲੀ ਬਟਾ ਸਫੈਦ ਹੋਵੇਗਾ। ਅੱਠ ਨੰਬਰ ਡੋਰ ਗੋਲਡਨ ਗੰਡੀ ਵਿੰਡ, ਇਹਨਾਂ ਦਾ ਕੁੱਤਾ ਬਲੈਕ ਪੈਰਿਸ ਕਾਲਾ ਬਟਾ ਲਾਲ, ਮੁਕਾਬਲੇ ਤੇ ਸੁਖਜਿੰਦਰ ਸਿੰਘ ਖੁਰਾਣਾ ਦੀ ਗੁੱਦੀ ਸਵੀਟੀ ਡੱਬੀ, ਇਹਦੇ ਬਟਾ ਚਿੱਟਾ ਹੋਵੇਗਾ ਜੀ। ਨੌ ਨੰਬਰ ਡੋਰ ਕਾਲਾ ਸਿੰਘ ਘਣੀਆਂ, ਇਹਨਾਂ ਦਾ ਕੁੱਤਾ ਬਲੈਕ ਮੈਜਿਕ ਕਾਲਾ ਬਟਾ ਲਾਲ, ਮੁਕਾਬਲੇ ਤੇ ਰਾਜੂ ਬਾਲਾ ਦਾ ਕੁੱਤਾ ਸੋਸੋ ਲਾਲ, ਇਹਦੇ ਪਟਾ ਚਿੱਟਾ ਹੋਵੇਗਾ ਜੀ। ਦਸ ਨੰਬਰ ਡੋਰ ਰੂਫ ਅਲੀ ਖਾਨ ਮੀਰਕੋਟਲਾ ਦਾ ਕੁੱਤਾ ਲੀ ਕਾਲਾ, ਇਹਦੇ ਪਟਾ ਲਾਲ ਹੋਵੇਗਾ। ਮੁਕਾਬਲੇ ਤੇ ਜਸਪ੍ਰੀਤ ਸਿੰਘ ਕੋਕਰੀ ਬੁੱਟਰਾ ਦਾ ਕੁੱਤਾ ਲੱਕੀ ਬਾਸਟਰ ਚਿੱਟਾ, ਪਟਾ ਚਿੱਟਾ ਹੋਵੇਗਾ ਜੀ। ਗਿਆਰਾਂ ਨੰਬਰ ਡੋਰ ਕਰਨ ਗਰੁੱਪ ਪਠਾਨਕੋਟ ਦਾ ਕੁੱਤਾ ਰੈਜ਼ੋ ਕਾਲਾ, ਇਹਦੇ ਪਟਾ ਲਾਲ, ਮੁਕਾਬਲੇ ਤੇ ਗੁਰਸ਼ਰਨ ਸਿੰਘ ਝੋਕ ਹਰੀਹਰ ਦੀ ਕੁੱਤੀ ਜੋਬਨ ਕਾਲੀ ਬਟਾ ਸਫੈਦ ਹੋਵੇਗਾ ਜੀ।
ਗਿਆਰਾਂ ਬਾਰਾਂ ਨੰਬਰ ਡੋਰ ਕਰਨ ਗਰੁੱਪ ਪਠਾਨਗੜ੍ਹ ਦਾਗੋਤਾ ਟੋਮੀ ਕਾਲਾ ਇਹਦੇ ਬੇਟਾ ਲਾਲ ਹੋਵੇਗਾ ਮੁਕਾਬਲੇ ਦੇ ਅਰਨਦੀਪ ਬਰਾੜ ਇਹਨਾਂ ਦਾ ਗੁੱਤਾ ਕਰਬਤ ਕਾਲਾ ਬੇਟਾ ਚਿੱਟਾ ਹੋਵੇਗਾ ਜੀ। ਤੇਰਾਂ ਨੰਬਰ ਡੋਰ ਬ੍ਰਦਰਸ ਗਰੁੱਪ ਰਾਏਗੜ੍ਹ ਦੀ ਗੁੱਤੀ ਲੀਜ਼ਾ ਕਾਲੀ ਬੇਟਾ ਲਾਲ ਮੁਕਾਬਲੇ ਦੇ ਗੁਰਜੰਟ ਸਿੰਘ ਗੁਰੂਸਰ ਦੀ ਗੁੱਤੀ ਲੰਗੀ ਕਾਲੀ ਡੱਬੀ ਇਹਨੇ ਬੇਟਾ ਚਿੱਟਾ ਹੋਵੇਗਾ ਜੀ। ਚੌਦਾਂ ਨੰਬਰ ਡੋਰ ਬਲਦੇਵ ਸਿੰਘ ਚੰਦਪੁਰਾਣਾ ਦਾ ਗੁੱਤਾ ਹੀਰੋ ਲਾਲ ਬੇਟਾ ਲਾਲ ਮੁਕਾਬਲੇ ਦੇ ਅਰਸ਼ਦੀਪ ਬਰਾੜ ਦਾ ਗੁੱਤਾ ਬਰੁਸਲੀ ਨੀਲਾ ਬੇਟਾ ਚਿੱਟਾ ਹੋਵੇਗਾ ਜੀ। ਪੰਦਰਾਂ ਨੰਬਰ ਡੋਰ ਗੋਪੀ ਦੋਦਰ ਇਹਨਾਂ ਦਾ ਗੁੱਤਾ ਜੈਕ ਚਿੱਤਰਾ ਬੇਟਾ ਲਾਲ ਮੁਕਾਬਲੇ ਦੇ ਸੁਰਜੀਤ ਸਿੰਘ ਬਾਗ ਇਹਨਾਂ ਦਾ ਗੁੱਤਾ ਮਾਈ ਚੋਇਸ ਚਿੱਤਰਾ ਇਹਦੇ ਬੇਟਾ ਚਿੱਟਾ ਹੋਵੇਗਾ ਜੀ। ਸੋਲਾਂ ਨੰਬਰ ਅਮਰਵੀਰ ਗੋਮਤੀ ਇਹਨਾਂ ਦਾ ਗੁੱਤਾ ਬਰਨੀ ਚਿੱਤਰਾ ਬੇਟਾ ਲਾਲ ਮੁਕਾਬਲੇ ਦੇ ਗੁਰਜੰਟ ਸਿੰਘ ਗੁਰੂਸਰ ਦਾ ਗੁੱਤਾ ਬਰੂਨੀ ਚਿੱਤਰਾ ਬੇਟਾ ਚਿੱਟਾ ਹੋਵੇਗਾ ਜੀ। ਸਤਾਰਾਂ ਨੰਬਰ ਡੋਰ ਕਰਨ ਗਰੁੱਪ ਦਾ ਗੁੱਤਾ ਲਵਯੂ ਚਿੱਤਰਾ ਦੇ ਬੇਟਾ ਲਾਲ ਮੁਕਾਬਲੇ ਦੇ ਰਾਜਦੀਪ ਚੜਕ ਦੀ ਗੁੱਤੀ ਕਾਲੀ ਰੰਗ ਵੀ ਕਾਲਾ ਬੇਟਾ ਚਿੱਟਾ ਜੀ। ਅਠਾਰਾਂ ਨੰਬਰ ਡੋਰ ਕੁਲਜੀਤ ਸਿੰਘ ਮੋਗਾ ਦਾ ਗੁੱਤਾ ਬ੍ਰੈਡਲੀ ਲਾਲ ਬੇਟਾ ਲਾਲ ਮੁਕਾਬਲੇ ਦੇ ਜਸਪ੍ਰੀਤ ਕੋਕਰੀ ਦਾ ਗੁੱਤਾ ਬ੍ਰੈਡਲੀ ਲਾਲ ਇਹਦੇ ਬੇਟਾ ਚਿੱਟਾ ਹੋਵੇਗਾ। ਉੱਨੀ ਨੰਬਰ ਡੋਰ ਗੁਰਮੀਤ ਸਿੰਘ ਜੀ ਗੁਦਾਰਾ ਇਹਨਾਂ ਦਾ ਗੁੱਤਾ ਐਬੀ ਰਾਇਲ ਲਾਲ ਬੇਟਾ ਲਾਲ ਮੁਕਾਬਲੇ ਤੇ ਸ਼ਿਵ ਕੁਮਾਰ ਚੂੜ ਚੰਗ ਦਾ ਗੁੱਤਾ ਸਿੰਧ ਬਾਜ ਕਾਲਾ ਡੱਬਾ ਬੇਟਾ ਚਿੱਟਾ ਹੋਵੇਗਾ। ਵੀਹ ਨੰਬਰ ਡੋਰ ਗੁਰਮੀਤ ਗੁਰਪ੍ਰੀਤ ਸਿੰਘ ਵੜੈਲ ਇਹਨਾਂ ਦਾ ਗੁੱਤਾ ਹੀਰੋ ਕਾਲਾ ਡੱਬਾ ਬੇਟਾ ਲਾਲ ਮੁਕਾਬਲੇ ਤੇ ਹਰਬੰਸ ਬੁੱਕਣ ਵਾਲਾ ਦਾ ਗੁੱਤਾ ਸਪੰਨ ਕਾਲਾ ਡੱਬਾ ਜੇ ਬੇਟਾ ਚਿੱਟਾ ਹੋਵੇਗਾ ਜੀ। ਇੱਕੀ ਨੰਬਰ ਡੋਰ ਭੋਲਾ ਸਿੰਘ ਜਰੋਲੀ ਇਹਨਾਂ ਦੀ ਗੁੱਤੀ ਨੀਵੀ ਇਹਦੇ ਬੇਟਾ ਲਾਲ ਮੁਕਾਬਲੇ ਤੇ ਹਰਬੰਸ ਸਿੰਘ ਬੁੱਕਣ ਭੋਲਾ ਸਿੰਘ ਘੋੜੀਆ ਦਾ ਗੁੱਤਾ। ਅੱਛਾ ਜੀ ਇਹ ਬਾਈ ਰੇਸ ਆ ਜੀ। ਇੱਕੀ ਨੰਬਰ ਡੋਰ ਜਿਹੜੀ ਭੋਲਾ ਸਿੰਘ ਰੋਣੀ ਇਹਨਾਂ ਦੀ ਗੁੱਤੀ ਨੀਵੀ ਇਹ ਬਾਈ ਰੇਸ ਦੌੜੇਗੀ ਜੀ। ਬਾਈ ਨੰਬਰ ਅਮਰਵੀਰ ਸਿੰਘ ਗੁੰਟੀ ਦਾ ਗੁੱਤਾ ਬਲੈਕ ਬੋਲਟ ਕਾਲਾ ਇਹਦੇ ਬੇਟਾ ਲਾਲ ਮੁਕਾਬਲੇ ਤੇ ਭੋਲਾ ਸਿੰਘ ਘੋੜੀਆ ਦਾ ਗੁੱਤਾ ਹਰ ਹਨੂਮੈਨ ਕਾਲਾ ਇਹਦੇ ਬੇਟਾ ਚਿੱਟਾ ਹੋਵੇਗਾ ਜੀ। ਤੇਈ ਨੰਬਰ ਡੋਰ ਸੁੱਖ ਖਡੂਰ ਸਾਹਿਬ ਦਾ ਗੁੱਤਾ ਗੈਰੀ ਬੇਟਾ ਲਾਲ ਮੁਕਾਬਲੇ ਤੇ ਕਾਲਾ ਗੁਜਰਵਾਲ ਦਾ ਗੁੱਤਾ ਮੈਜਿਕ ਬਰੂਸ ਕਾਲਾ ਇਹਦੇ ਬੇਟਾ ਚਿੱਟਾ ਹੋਵੇਗਾ ਜੀ। ਚੌਵੀ ਨੰਬਰ ਡੋਰ ਬਲਵੰਤ ਸਿੰਘ ਚੁੱਪਕੀਤੀ ਦਾ ਗੁੱਤਾ ਬਲੈਕ ਏਸ ਕਾਲਾ ਇਹਦੇ ਬੇਟਾ ਚਿੱਟਾ ਲਾਲ ਹੋਵੇਗਾ ਮੁਕਾਬਲੇ ਤੇ ਮਨਜੀਤ ਸੋਢੀ ਵਾਲਾ ਦਾ ਗੁੱਤਾ ਟਾਈਗਰ ਨੀਲਾ ਇਹਦੇ ਬੇਟਾ ਚਿੱਟਾ ਹੋਵੇਗਾ ਜੀ। ਪੱਚੀ ਨੰਬਰ ਡੋਰ ਬਲਦੇਵ ਸਿੰਘ ਚੰਦਪੁਰਾਣਾ ਦੀ ਗੁੱਤੀ ਸਫਾਰੀ ਲਾਲ ਬੇਟਾ ਲਾਲ ਮੁਕਾਬਲੇ ਤੇ ਚਮਕੌਰ ਸਿੰਘ ਫਰੀਦਕੋਟ ਦੀ ਗੁੱਤੀ ਹੋਲੀ ਲਾਲ ਇਹਦੇ ਬੇਟਾ ਚਿੱਟਾ ਹੋਵੇਗਾ ਜੀ। ਛੱਬੀ ਨੰਬਰ ਡੋਰ ਡਾਕਟਰ ਕਾਲਾ ਸਿੰਘ ਧਨੀਆ ਦਾ ਗੁੱਤਾ ਸਪੈਰੀ ਇਹ ਬਾਈ ਰੇਸ ਦੌੜੇਗਾ ਜੀ। ਸਤਾਈ ਨੰਬਰ ਬ੍ਰਦਰ ਗਰੁੱਪ ਰਾਏਕੋਟ ਦਾ ਗੁੱਤਾ ਲੀਓ ਕਾਲਾ ਇਹਦੇ ਬੇਟਾ ਲਾਲ ਮੁਕਾਬਲੇ ਤੇ ਜਸਪ੍ਰੀਤ ਕੋਕਰੀ ਬੁੱਟਰਾ ਦਾ ਗੁੱਤਾ ਰੈਵੀ ਲਾਲ ਇਹਦੇ ਬੇਟਾ ਚਿੱਟਾ ਹੋਵੇਗਾ ਜੀ। ਅਠਾਈ ਨੰਬਰ ਡੋਰ ਸੁੱਖ ਖਡੂਰ ਸਾਹਿਬ ਦਾ ਗੁੱਤਾ ਬ੍ਰੈਨੋ ਨੀਲਾ ਇਹਦੇ ਬੇਟਾ ਲਾਲ ਮੁਕਾਬਲੇ ਤੇ ਸੁਖਵਿੰਦਰ ਭਰੋ ਭੱਟੀ ਇਹਨਾਂ ਦਾ ਗੁੱਤਾ ਕ੍ਰੈਸ਼ ਲਾਲ ਬੇਟਾ ਚਿੱਟਾ ਹੋਵੇਗਾ ਜੀ। ਉਨੱਤੀ ਨੰਬਰ ਡੋਰ ਰੂਫ ਅਲੀ ਖਾਨ ਮੇਰਗੋਲ ਦਾ ਗੁੱਤਾ ਡੈਲਵੁੱਡ ਗੋ ਕਾਲਾ ਡੱਬਾ ਇਹਦੇ ਬੇਟਾ ਲਾਲ ਹੋਵੇਗਾ ਮੁਕਾਬਲੇ ਤੇ ਸੁੱਖ ਖਡੂਰ ਸਾਹਿਬ ਦੀ ਗੁੱਤੀ ਟੈਂਗੋ ਕਾਲੀ ਬੇਟਾ ਚਿੱਟਾ ਹੋਵੇਗਾ ਜੀ। ਤੀਹ ਨੰਬਰ ਡੋਰ ਕਰਨ ਗਰੁੱਪ ਨਾਨਗੜ੍ਹ ਦਾ ਗੁੱਤਾ ਹੈਟ ਫੋਰ ਕਾਲਾ ਇਹਦੇ ਬੇਟਾ ਲਾਲ ਮੁਕਾਬਲੇ ਤੇ ਬੋਬੀ ਜਾਮਾ ਰਾਏ ਇਹਨਾਂ ਦੇ ਗੁੱਤਾ ਅਲਫਾ ਕਾਲਾ ਬੇਟਾ ਚਿੱਟਾ ਹੋਵੇਗਾ ਜੀ।
ਲੱਕੀ ਨੰਬਰ 2 ਭੋਲਾ ਸਿੰਘ ਰੋਣੀ ਦਾ ਬੁੱਟਾ ਲੱਕੀ ਲਈ ਕਾਲਾ ਇਹਦੇ ਬੁੱਟਾ ਲਾਲ ਕੁੱਤਿਆਂ ਨੂੰ ਬਾਈ ਹੈ 62 ਕੁੱਤੇ ਨੇ ਬਾਈਆਂ ਪਹਿਲੇ ਰਾਊਂਡ ਦੀ ਦਿੱਤੀਆਂ ਸੀਗੀਆਂ ਨੇ ਪਹਿਲੇ ਮੁਕਾਬਲੇ ਵਾਲੇ ਸਾਡੀ ਬੇਨਤੀ ਕਿ ਜਦੋਂ ਅਸੀਂ ਅਨਾਊਂਸਮੈਂਟ ਕਰੀਏ ਜਲਦੀ ਤੋਂ ਜਲਦੀ ਇੱਥੇ ਟਰੈਕ ਲਾਈਨ ਤੇ ਪਹੁੰਚੇ ਠੀਕ 5 ਮਿੰਟਾਂ ਬਾਅਦ ਪਹਿਲੀ ਦੌੜ ਸ਼ੁਰੂ ਹੋ ਜਾਵੇਗੀ ਆਏ ਹੋਏ ਭਗਵੰਤ ਸੱਜਣਾਂ ਨੂੰ ਸਾਡੇ ਹੱਥ ਬੰਨ ਕੇ ਬੇਨਤੀ ਹੈ ਕਿ ਜਿੱਥੇ ਵੀ ਤੁਹਾਨੂੰ ਸੀਟਾਂ ਜਾਂ ਕੁਰਸੀਆਂ ਮਿਲਦੀਆਂ ਨੇ ਇਹਨਾਂ ਦੌੜਾਂ ਦਾ ਬਹਿ ਕੇ ਆਨੰਦ ਮਾਣੋ ਜੀ ਕੋਈ ਵੀ ਸੱਜਣ ਗਰਾਊਂਡ ਵਿੱਚ ਇੱਧਰ ਉੱਧਰ ਜਾਣ ਦੀ ਕੋਸ਼ਿਸ਼ ਨਾ ਕਰੇ ਜਿੱਥੇ ਸਾਡੀ ਕਲੀ ਦੀ ਲਾਈਨ ਲਈ ਕਿਰਪਾ ਕਰਕੇ ਉਸ ਲਾਈਨ ਤੋਂ ਪਿੱਛੇ ਹੋ ਕੇ ਬੈਠ ਕੇ ਇਹਨਾਂ ਦੌੜਾਂ ਦਾ ਆਨੰਦ ਮਾਣੋ ਕੋਈ ਵੀ ਸੱਜਣ ਗਰਾਊਂਡ ਵਿੱਚ ਕਲੀ ਦੇ ਅੰਦਰ ਜੱਜ ਰਵਿੰਦਰਜੀਤ ਸਿੰਘ ਜੀ ਚੋਲਾ ਸਾਹਿਬ ਸਾਈਡ ਜੱਜ ਹੋਣਗੇ ਸੁਰਜੀਤ ਸਿੰਘ ਜੀ 62 ਅਤੇ ਇਹਨਾਂ ਨਾਲ ਕਾਲਾ ਸਿੰਘ ਜੀ ਗਿੱਲ ਬਾਬਾ ਕਾਲਾ ਗਿੱਲ ਗੁਰਜੀਤ ਸਿੰਘ ਖੁਖਰਾਣਾ ਧਾਲੀਵਾਲ ਗੁਰਜੀਤ ਧਾਲੀਵਾਲ ਖੁਖਰਾਣਾ ਪੰਮਾ ਮੋਗਾ ਰਿੰਪਾ ਡੋਲੀ ਭਾਈ ਚਮਕੌਰ ਸਿੰਘ ਘੱਲਕਲਾਂ ਸਰਬਣ ਸਿੰਘ ਭੇਖਾ ਸੇਖ ਸਿੰਘ ਡੋਲੀ ਭਾਈ ਅੰਮ੍ਰਿਤਪਾਲ ਸਿੰਘ ਰਵਿੰਦਰਜੀਤ ਸਿੰਘ ਚੋਲਾ ਸਾਹਿਬ ਅਮਰਵੀਰ ਗੋਮਟੀ ਗੁਰਮੀਤ ਸਿੰਘ ਜੀ ਗੁੰਦਾਰਾ ਬਜਨ ਸਿੰਘ ਸਰਪੰਚ ਡੋਲੀ ਭਾਈ ਦੇ ਪਰਿਵਾਰ ਚੋਂ ਪਰਮਜੀਤ ਸਿੰਘ ਜੀ ਚੋਟੀਆਂ ਅਮਰਜੀਤ ਸਿੰਘ ਜੀ ਰਣਸੀਨ ਨੰਬਰਦਾਰ ਅੰਮ੍ਰਿਤ ਜੋਗੇਵਾਲਾ ਬਲਵੰਤ ਸਿੰਘ ਚੁੱਪ ਕੀਤੀ ਕਾਲਾ ਸਿੰਘ ਗਿੱਲ ਟਾਟਾ ਮੱਲੀ ਰਾਜਾ ਫਰੀਦਕੋਟ ਤਾਰਾ ਲੱਗਿਆਣਾ ਹੈਲੋ ਹਾਂਜੀ ਪਹਿਲੀ ਰੇਸ ਸਟਾਰਟ ਹੋਣ ਜਾ ਰਹੀ ਹੈ ਜੀ ਦਰਸ਼ਕ ਵੀਰਾਂ ਨੂੰ ਸਾਡੀ ਬੇਨਤੀ ਹੈ ਕਿ ਪਿੱਛੇ ਕਲੀ ਤੇ ਆ ਜਾਓ ਬਾਈ ਜੀ ਕਲੀ ਲਾਲ ਪਟੇਕਾ ਤੇ ਚਿੱਟੇ ਬਣੇ ਜਸ਼ਨ ਸਿਵੀਆ ਇਹਨਾਂ ਦਾ ਕੁੱਤਾ ਬਰੂਸ ਲਾਲ ਹਾਂਜੀ ਕਿ ਕੋਈ ਵੀ ਗਰਾਊਂਡ ਦੇ ਵਿੱਚ ਨਾ ਆਵੇ ਮਿਹਰਬਾਨੀ ਕਰਕੇ ਟੈਕ ਕੇ ਸਾਈਡ ਤੇ ਬੈਠ ਜਾਓ ਠੰਡ ਬਹੁਤ ਹੈ ਕਾਲਾ ਸਿੰਘ ਜੀ ਗਿੱਲ ਜਿੱਥੇ ਮੇਰੀ ਆਵਾਜ਼ ਸੁਣਦੇ ਸੈਂਟਰ ਜੱਜ ਦੀ ਕੁਰਸੀ ਤੇ ਬੈਠ ਜਾਂਦੇ ਕਾਲਾ ਸਿੰਘ ਗਿੱਲ ਜਿੱਥੇ ਮੇਰੀ ਆਵਾਜ਼ ਸੁਣਦੇ ਹੋਣ ਸੈਂਟਰ ਜੱਜ ਦੀ ਕੁਰਸੀ ਤੇ ਬੈਠ ਜਾਂਦੇ ਮੂਹਰੇ ਨਾ ਕਰੀ ਪਰ ਹਾਂਜੀ ਪਹਿਲੀ ਰੇਸ ਸਟਾਰਟ ਹੋ ਗਈ ਲਓ ਦੇਖੋ ਲਾਲ ਪਟਾ ਜੇਤੂ ਜੀ ਵਿੱਚ ਹਾਂਜੀ ਸਾਡੀ ਸ਼ਿਕਾਰੀ ਵੀਰਾਂ ਨੂੰ ਬੇਨਤੀ ਹੈ ਕਿ ਜਾਨਵਰ ਪਿਆਰ ਕਰਕੇ ਨਾਲ ਦੀ ਨਾਲ ਲੈ ਜਾਓ ਜੀ ਗਰਾਊਂਡ ਖਾਲੀ ਨਾ ਹੋਣ ਦਿਓ ਜਲਦੀ ਤੋਂ ਜਲਦੀ ਗਰਾਊਂਡ ਚ ਲਿਓ ਜੀ ਅਨਾਊਂਸਮੈਂਟ ਕਰੋ ਇੱਧਰ ਤੀਜੀ ਡੋਰ ਤੇ ਚੌਥੀ ਡੋਰ ਹਾਂਜੀ ਤੀਜੀ ਡੋਰ ਸੁਖ ਖਡੂਰ ਸਾਹਿਬ ਦਾ ਕੁੱਤਾ ਬਲੈਕ ਮੈਜਿਕ ਕਾਲਾ ਇਹਨਾਂ ਦੇ ਚਿੱਟੇ ਬਣੇ ਆਪਣਾ ਲਾਲ ਬਣੇ ਜਾਂ ਚਿੱਟੇ ਬਣੇ ਮਨਜੀਤ ਸਿੰਘ ਸੋਢੀਆਂ ਦਾ ਕੁੱਤਾ ਵਿੱਕੀ ਕਾਲਾ ਡੱਬਾ ਜਲਦੀ ਕਰੋ ਜੀ ਜਲਦੀ ਹਾਂਜੀ ਇਸ ਵਿੱਚੋਂ ਪਟਾ ਲਾਲ ਜਿੱਤ ਗਿਆ ਜੀ ਲਿਆਓ ਜੀ ਇਸ ਤੋਂ ਅਗਲੀ ਡੋਰ ਬਾਈ ਜੀ ਜਿੱਥੇ ਸਾਡੀ ਕਲੀ ਲਈ ਲਓ ਜੀ ਤੀਜੀ ਡੋਰ ਆ ਰਹੀ ਹੈ ਜੀ
ਹਾਂਜੀ ਇਹਦੇ ਵਿੱਚ ਪਟਾ ਲਾਲ ਜੇਤੂ ਕਰਦੇ ਜੀ, ਪਟਾ ਲਾਲ ਜੇਤੂ ਹੈ ਜੀ, ਅਤੇ ਉਹਨੂੰ ਕਿਸੇ ਵੀ ਹਾਂਜੀ ਚੌਥੀ ਡੋਰ ਸਟਾਰਟ ਹੋਣ ਲੱਗੀ ਜੀ, ਚੌਥੀ ਡੋਰ ਆ ਰਹੀ ਹੈ ਜੀ। ਬ੍ਰਦਰ ਆਫ ਰਾਏਕੋਟ ਦਾ ਕੁੜਤਾ ਲੇਜਰ ਚਿਤਰਾ, ਰਾਜ ਮਿਸਰੀ ਇਹਨਾਂ ਦਾ ਕੁੜਤਾ ਮਾਈਕਲ ਚਿਤਰਾ, ਲਾਲ ਪਟਾ ਜੇਤੂ ਆਈਏ। ਚੌਥੀ ਡੋਰ ਗੁਰਮੀਤ ਸਿੰਘ ਗੰਦਾਰਾ ਦਾ ਕੁੜਤਾ ਐਡੀ ਕਾ ਬਾਬੂ ਗੁਰੂ, ਛੇ ਨੰਬਰ ਡੋਰ ਜਗਤਾ, ਹਾਂਜੀ ਪੰਜਵੀਂ ਡੋਰ ਆ ਰਹੀ ਹੈ ਜੀ, ਪੰਜਵੀਂ ਡੋਰ ਲਾਲ ਪੜੇ ਗੁਰਮੀਤ ਸਿੰਘ ਗੁਰਦਾਰਾ ਦਾ ਕੁੜਤਾ ਜਿੱਤਿਆ ਜੀ, ਇਹ ਪੰਜਵੀਂ ਡੋਰ ਇਹ ਹਰ ਗਈ ਹੈ ਜੀ। ਸੁਖਜਿੰਦਰ ਗੁਗਰਾਣਾ ਦੀ ਕੁੜਤੀ ਸਵੀਟੀ ਡੱਬੀ, ਇਹ ਵੀ ਜਲਦੀ ਤਿਆਰ ਰੱਖੋ ਜੀ, ਛੇਵੀਂ ਡੋਰ ਆ ਗਈ ਜੀ, ਛੇਵੀਂ ਡੋਰ ਜਗਤਾਰ ਸਿੰਘ ਚੰਦਪੁਰਾਣਾ ਦਾ ਕੁੜਤਾ ਬਰੂਨੀ ਲਾਲ ਪਟਾ ਲਾਲ ਇਹ ਜਿੱਤ ਗਿਆ ਜੀ। ਜਦ ਲਿਓ ਜੀ ਰਾਜਾ ਸ਼ਾਹਪੁਰ ਦਾ ਕੁੜਤਾ ਲਓ ਜੀ, ਸੱਤਵੀਂ ਡੋਰ ਚਿੱਟਾ ਪਟਾ ਭੋਲੂ ਵਰਿਆਲ ਦੀ ਕੁੱਤੀ ਨੂਰੀ ਰੰਗ ਕਾਲਾ ਇਹ ਜਿੱਤ ਰਹੀ ਹੈ ਜੀ। ਅੱਠਵੀਂ ਡੋਰ ਲਿਆਓ ਜੀ ਜਲਦੀ, ਗੋਲਡ ਐਕਸ ਐਮ ਐਲ ਏ ਢਿੱਲੋਂ ਸਾਹਿਬ ਫਰੀਦਕੋਟ ਤੋਂ ਹੁਣੇ ਹੁਣੇ ਪਹੁੰਚੇ ਆ, ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆ, ਬਹੁਤ ਬਹੁਤ ਧੰਨਵਾਦ ਜੀ। ਲਓ ਜੀ ਅੱਠਵੀਂ ਡੋਰ ਚ ਲਾਲ ਬੜਾ ਜਿੱਤ ਰਿਹਾ ਜੀ, ਗੋਲਡ ਗੱਡੀ ਵੰਡ ਦਾ ਕੁੜਤਾ ਬਲੈਕ ਪੈਰਸ ਕਾਲਾ ਜੇਤੂ ਰਿਹਾ ਜੀ। ਹਾਂਜੀ ਨੌਵੀਂ ਡੋਰ ਲਿਆ, ਹਾਂਜੀ ਨੌਵੀਂ ਡੋਰ ਚ ਕਾਲਾ ਸਿੰਘ ਘਣੀਆਂ ਇਹਨਾਂ ਦਾ ਕੁੜਤਾ ਬਲੈਕ ਮੈਜਿਕ ਕਾਲਾ ਜੇਤੂ ਰਿਹਾ ਜੀ। ਖਾਨ ਬਰੇਕ ਹੋਣ ਵਾਲਾ ਕੁੜਤਾ ਲੀ ਕਾਲਾ, ਗਿਆਰਵੀਂ ਡੋਰ ਤਿਆਰ ਰੱਖੋ ਜੀ, ਦਸਵੀਂ ਡੋਰ ਆ ਗਈ ਜੀ, ਦਸਵੀਂ ਡੋਰ ਦੇ ਵਿੱਚ ਰਾਹੁਲ ਫਲੀ ਖਾਨ ਦਾ ਕੁੜਤਾ ਲੀ ਕਾਲਾ ਲਾਲ ਪਟੇ ਜੇਤੂ ਰਿਹਾ ਜੀ। ਹਾਂਜੀ ਆ ਗਈ ਜੀ ਡੋਰ, ਗਿਆਰਵੀਂ ਡੋਰ ਆ ਗਈ ਹੈ ਜੀ, ਗਿਆਰਵੀਂ ਡੋਰ ਕਰਨ ਗਰੁੱਪ ਪਠਾਨਗੜ੍ਹ ਦਾ ਕੁੜਤਾ ਰੈਂਜੋ ਕਾਲਾ ਲਾਲ ਪਟੇ ਜੇਤੂ ਰਿਹਾ ਜੀ, ਪਰਬਤ ਕਾਲਾ ਚਿੱਟੇ ਪਟੇ ਜਲਦੀ ਲਿਆਓ ਜੀ, ਤਿਆਰ ਰੱਖੋ ਜਲਦੀ ਜਲਦੀ, ਤੁਹਾਡੇ ਸਾਹਮਣੇ ਹੁਣ ਬਾਰਵੀਂ ਡੋਰ ਆਉਣ ਲੱਗੀ ਹੈ ਜੀ। ਬਾਰਵੀਂ ਡੋਰ ਕਰਨ ਗਰੋਵ ਪਠਾਨਗੜ੍ਹ ਦਾ ਕੁੱਤਾ ਟੌਮੀ ਕਾਲਾ ਲਾਲ ਪਟੇ ਜੇਤੂ ਰਿਹਾ ਜੀ।
ਪਹਿਲੀ ਵਾਰ ਵੀ ਜਾਈਏ ਤਾਂ ਹਾਂਜੀ 13 ਨੰਬਰ ਡੋਰ ਸਟਾਰਟ ਹੋਣ ਜਾ ਰਹੀ ਹੈ ਜੀ। ਲਓ ਜੀ 13 ਨੰਬਰ ਡੋਰ ਆ ਰਹੀ ਹੈ ਜੀ। ਬਹੁਤ ਸੋਹਣਾ ਮੁਕਾਬਲਾ, ਬਹੁਤ ਸੋਹਣਾ ਮੁਕਾਬਲਾ। ਲਓ ਜੀ 13 ਨੰਬਰ ਡੋਰ ਬ੍ਰਦਰ ਗਰੁੱਪ ਰਾਏਕੋਟ ਦੀ ਕੁੱਤੀ ਲੀਜਾ ਕਾਲੀ ਜਿੱਤ ਗਈ ਹੈ ਜੀ। ਲਾਲ ਪਟੇ ਇਹਨਾਂ ਦਾ ਕੁੱਤਾ ਹੀਰੋ ਲਾਲ ਲਾਲ ਪਟੇ ਇਹ ਗਲੀ ਦੇ ਹੋ ਗਏ ਇਹ ਦੌੜਨ ਆਨੰਦ ਮਾਣਦੇ। ਕੋਈ ਵੀ ਸੱਜਣ ਗਰਾਊਂਡ ਵਿੱਚ ਦੀ ਲੰਘਣ ਦੀ ਕੋਸ਼ਿਸ਼ ਨਾ ਕਰੇ ਜੀ। ਧੰਨਵਾਦ ਜੀ। ਲਓ ਜੀ 14 ਨੰਬਰ ਡੋਰ ਆ ਰਹੀ ਹੈ ਜੀ। ਹੈਲੋ 14 ਨੰਬਰ ਡੋਰ ਅਰਸ਼ਦੀਪ ਬਰਾੜ ਇਹਨਾਂ ਦਾ ਕੁੱਤਾ ਬਰੂਸ ਲੀ ਨੀਲਾ ਚਿੱਟੇ ਬੜੇ ਜੇਤੂ ਰਿਹਾ ਜੀ। ਹੈਲੋ 15ਵੀਂ ਡੋਰ ਗੋਪੀ ਦੌੜ ਲੱਗੀ 15ਵੀਂ 16ਵੀਂ 13ਵੀਂ ਵਾਲੀ ਡੋਰ ਅਮਰਵੀਰ ਗੋਮਟੀ ਇਹਨਾਂ ਦਾ ਕੁੱਤਾ ਬਰੂਨੀ ਚਿਤਰਾ ਲਾਲ ਬੜੇ ਗੁਰਜਾਨ ਸਿੰਘ ਗੁਰੂ ਸਰ ਇਹਨਾਂ ਦਾ ਕੁੱਤਾ ਬਰੂਨੀ ਚਿਤਰਾ ਇਹ ਚਿੱਟੇ ਬੜੇ ਜਲਦੀ ਤਿਆਰੀ ਰੱਖੋ ਜੀ। ਲਓ ਜੀ 15ਵੀਂ ਡੋਰ ਆ ਰਹੀ ਹੈ ਜੀ। ਬਹੁਤ ਸੋਹਣਾ ਮੁਕਾਬਲਾ ਜੀ 15ਵੀਂ ਡੋਰ ਗੋਪੀ ਡੋਗਰ ਇਹਨਾਂ ਦਾ ਕੁੱਤਾ ਜੈਕ ਚਿਤਰਾ ਲਾਲ ਪਟੇ ਜੇਤੂ ਰਿਹਾ ਜੀ। ਹਾਂਜੀ 16ਵੀਂ ਡੋਰ ਜਲਦੀ ਲਿਆਓ ਜੀ ਅਰਸ਼ਦੀਪ ਸਿੰਘ ਡੋਰ ਸਟਾਰਟ ਹੋਣ ਲੱਗੀ ਹੈ ਜੀ। 17ਵੀਂ ਡੋਰਾਂ ਸਾਡੀ ਬੇਨਤੀ ਜਲਦੀ ਜਲਦੀ ਤਿਆਰ ਹੋ ਗਏ ਆਪਣੇ ਜਾਨਵਰ ਤਿਆਰ ਕਰਕੇ ਜਲਦੀ ਜਲਦੀ ਲਿਆਓ ਜੀ। ਲਓ ਜੀ 16 ਨੰਬਰ ਡੋਰ ਆ ਰਹੀ ਹੈ ਜੀ। ਬਹੁਤ ਸੋਹਣਾ ਮੁਕਾਬਲਾ ਅਮਰਵੀਰ ਸਿੰਘ ਗੋਮਟੀ ਇਹਨਾਂ ਦਾ ਕੁੱਤਾ ਬਰੂਨੀ ਚਿਤਰਾ ਲਾਲ ਪਟੇ ਚ ਜੇਤੂ ਰਿਹਾ ਜੀ। ਕੀਤਾ ਜੀ ਹੱਥ ਬੰਨ ਕੇ ਬੇਨਤੀ ਕਿ ਕੱਪ ਖਾਲੀ ਵਾ। 19 ਨੰਬਰ ਡੋਰ ਗੁਰਮੀਤ ਬਨਾਰਾ ਇਹਨਾਂ ਦਾ ਕੁੱਤਾ ਐਬੀ ਰੋਇਲ ਲਾਲ 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 ਪਟੇ ਸ਼ਿਵ ਕੁਮਾਰ ਚੂੜ ਚੱਕ ਇਹਨਾਂ ਦਾ ਕੁੱਤਾ ਸਿੰਧ ਬਾਲ ਕਾਲਾ ਡੱਬਾ। ਲਓ ਜੀ ਇਹ 17 ਨੰਬਰ ਡੋਰ ਕਰਨ ਗਰੁੱਪ ਇਹਨਾਂ ਦਾ ਕੁੱਤਾ ਲਵ ਯੂ ਚਿਤਰਾ ਜੇਤੂ ਰਿਹਾ ਜੀ। ਅਠਾਰਾਂ ਨੰਬਰ ਡੋਰ ਸਟਾਰਟ ਹੋ ਗਈ ਜੀ। ਦੇਖੋ ਮੁਕਾਬਲਾ ਬਹੁਤ ਸੋਹਣਾ ਹੈ। ਕੁਲਜੀਤ ਸਿੰਘ ਮੋਗਾ ਇਹਨਾਂ ਦਾ ਕੁੱਤਾ ਬ੍ਰੈਡਲੀ ਲਾਲ ਲਾਲ ਪਟੇ ਜੇਤੂ ਰਿਹਾ ਜੀ। ਕਿਹਦਾ ਲੱਗਣਾ ਇਹਨਾਂ ਵੱਲੋਂ ਵੀ 1100 ਰੁਪਇਆ ਮੇਰੇ ਕੋਲ ਆ ਚੁੱਕਾ ਜੀ। ਬਾਈ ਰੇਸ ਹੈ। ਲਓ ਜੀ 19 ਨੰਬਰ ਡੋਰ ਛੱਡ ਦਿੱਤੀ ਜੀ। ਲਓ ਜੀ 19 ਨੰਬਰ ਡੋਰ ਗੁਰਮੀਤ ਸਿੰਘ ਗੁਰਦਾਰਾ ਦਾ ਕੁੱਤਾ ਐਬੀ ਰੋਇਲ ਲਾਲ ਪਟਾ ਲਾਲ ਜੇਤੂ ਰਿਹਾ ਜੀ। ਹਾਂਜੀ ਲਾਲ ਪਟਾ ਜੇਤੂ ਰਿਹਾ ਜੀ। ਗੁਰਪ੍ਰੀਤ ਸਿੰਘ ਵੜਿੰਗ ਇਹਨਾਂ ਦਾ ਕੁੱਤਾ ਹੀਰੋ ਕਾਲਾ ਡੱਬਾ ਲਾਲ ਪਟੇ ਜੇਤੂ ਰਿਹਾ ਜੀ।
ਹੈਲੋ ਹਾਂਜੀ, ਗੁਰਮੀਤ ਸਿੰਘ ਗੁਰਦਾਰਾ ਵੱਲੋਂ ਆਪਣੇ ਮਾਮੇ ਸਰਦਾਰ ਬੋਧ ਸਿੰਘ ਜੀ ਸਰਕਾਰੀ ਦੇ ਨਾਮ ਤੇ 1100 ਰੁਪਈਆ ਕਲੱਬ ਨੂੰ ਸਹਾਇਤਾ ਫੰਡ ਦਿੱਤਾ ਜਾਣਾ ਜੀ। ਬਹੁਤ ਬਹੁਤ ਮਿਹਰਬਾਨੀ ਜੀ ਗੁਰਦਾਰਾ ਸਾਹਿਬ। ਇੱਕੀ ਨੰਬਰ ਡੋਰ ਸੁੱਖ ਖਡੂਰ ਸਾਹਿਬ, ਇਹਨਾਂ ਦਾ ਕੁੱਤਾ ਗੈਰੀ ਲਾਲ ਡੱਬਾ ਲਾਲ ਪੜੇ। ਹਾਂਜੀ, 22 ਨੰਬਰ ਡੋਰ ਆਉਣ ਲੱਗੀ ਜੀ। 23 ਨੰਬਰ ਡੋਰ ਹੈ, ਧਿਆਨ ਰੱਖੋ ਜੀ। ਸੁੱਖ ਖਡੂਰ ਸਾਹਿਬ, ਇਹਨਾਂ ਦਾ ਕੁੱਤਾ ਗੈਰੀ ਲਾਲ ਡੱਬਾ ਲਾਲ ਪੜੇ। ਕਾਲਾ ਗੁਜਰਾਂ ਵਾਲਿਆਂ ਦਾ ਕੁੱਤਾ ਮੈਜੀਕਲ ਬਰੂਸ ਕਾਲਾ ਚਿੱਟੇ ਪੜੇ। 22 ਨੰਬਰ ਡੋਰ ਚਿੱਟਾ ਬੜਾ ਜੇਤੂ ਰਿਹਾ ਜੀ। ਭੋਲਾ ਸਿੰਘ ਘੋੜੀਆ ਦਾ ਕੁੱਤਾ ਹਨੂਮੈਕ ਕਾਲਾ। ਤਿਆਰੀ ਬਾਈ ਲਓ ਜੀ, 23 ਨੰਬਰ ਡੋਰ ਸਟਾਰਟ ਹੋ ਗਈ। ਹਾਂਜੀ, ਇਸ ਲਾਲ ਪੜਾ ਜੇਤੂ ਰਿਹਾ ਜੀ। ਸੁੱਖ ਖਡੂਰ ਸਾਹਿਬ ਦਾ ਕੁੱਤਾ ਗੈਰੀ ਲਾਲ ਪੜੇ ਜੇਤੂ ਰਿਹਾ ਜੀ। 23 ਨੰਬਰ ਡੋਰ ਬਲਵੰਤ ਸਿੰਘ ਚੁੱਪ ਕੀਤੀ, ਇਹਨਾਂ ਦਾ ਕੁੱਤਾ ਬਲੈਕ ਏਸ ਕਾਲਾ। ਬਲਵੰਤ ਸਿੰਘ ਚੁੱਪ ਕੀਤੀ, ਇਹਨਾਂ ਦਾ ਕੁੱਤਾ ਬਲੈਕ ਏਸ ਕਾਲਾ। ਜੇਤੂ ਰਿਹਾ ਜੀ ਬਲਵੰਤ ਸਿੰਘ ਚੁੱਪ ਕੀ ਜਾ ਕੁੱਤਾ ਬਲੈਕ ਮੂੰਹ ਚੱਕਿਆ ਰੋਟੀ। ਹਾਂਜੀ, ਡਾਕਟਰ ਕਾਲਾ ਕਾਲਾ ਸਿੰਘ ਘੜੀਆਂ, ਇਹਨਾਂ ਦੀ ਕੁੱਤੀ ਸਪੈਰੀ ਲਾਲ ਡੱਬੀ ਲਾਲ ਬਣੇ ਨੇ। ਇਕੱਲੀ ਭੱਜੂ ਵੀ ਹੈ ਵੱਲੋਂ ਕੁੱਤਿਆਂ ਦੀਆਂ ਦੌੜਾਂ ਫਰੀਦਕੋਟ ਵਿਖੇ ਕਰਵਾਈਆਂ ਜਾ ਰਹੀਆਂ ਜੀ। ਸ਼ੂਗਰ ਮਿੱਲ ਦੇ ਵਿੱਚ ਇਹ ਦੌੜਾਂ ਹੋਣਗੀਆਂ ਜੀ। 15 ਹਾਂਜੀ, ਲਾਈਨ ਸਹੀ ਆਉਂਦੀ ਨਾ, ਚਿੱਟਾ ਬੜਾ ਜੇਤੂ ਰਿਹਾ ਜੀ। ਚਮਕੌਰ ਸਿੰਘ ਫਰੀਦਕੋਟ ਦੀ ਕੁੱਤੀ ਹੋਲੀ ਪੰਗਾ ਪੈ ਜਾਂਦਾ ਲਾਈਨ ਤੇ ਨਾ ਆਉਂਦਾ ਕੈਮਰਾ। ਹਾਂਜੀ, 26 ਨੰਬਰ ਡੋਰ ਸਾਈਕਲ ਵਾਲੇ ਬਾਈ ਨੂੰ ਕਹੋ ਸਾਈਡ ਤੇ ਹੋ ਜਾ, ਸਾਈਡ ਤੇ ਕਦੇ ਹੋਰ ਜਾ ਪਾਏਗਾ। ਜਲਦੀ ਜਲਦੀ ਲਓ ਜੀ, 29 ਨੰਬਰ ਤਿਆਰੀ ਵਾਲੀ ਰਾਉਫ ਅਲੀ ਖਾਨ, ਇਹਨਾਂ ਦਾ ਕੁੱਤਾ ਡੈਲ ਡੈਲ ਓਟਕੋ ਕਾਲਾ ਡੱਬਾ
ਲਾਲ ਬਣੇ ਸੋ ਖੰਡੂਰ ਸਾਹਿਬ ਦੀ ਕੁੱਤੀ ਟੈਂਗੋ ਕਾਲੀ ਚਿੱਟੇ ਬਣੇ ਜਲਦੀ ਜਲਦੀ ਤਿਆਰ ਰੱਖੋ ਜੀ ਸਤਾਈ ਨੰਬਰ ਡੋਰ ਬ੍ਰਦਰ ਗਰੁੱਪ ਰਾਏਕੋਟ ਦਾ ਕੁੱਤਾ ਲੀਓ ਕਾਲਾ ਜੇ ਤੁਰਿਆ ਜੀ ਲਾਲ ਬਣੇ ਲਓ ਜੀ ਅਠਾਈ ਨੰਬਰ ਡੋਰ ਸਟਾਰਟ ਹੋ ਚੁੱਕੀ ਜੀ ਹਾਂਜੀ ਲਾਲ ਪਟਾ ਜੇਤੂ ਰਿਹਾ ਜੀ ਸੁੱਖ ਖੰਡੂਰ ਸਾਹਿਬ ਦਾ ਕੁੱਤਾ ਬ੍ਰੈਨੋ ਨੀਲਾ ਲਾਲ ਪਟੇ ਜੇਤੂ ਰਿਹਾ ਜੀ ਤੀਹ ਨੰਬਰ ਡੋਰ ਕਰਨ ਗਰੁੱਪ ਪਠਾਨਗੜ੍ਹ ਇਹਨਾਂ ਦਾ ਕੁੱਤਾ ਹਾਂਜੀ 29 ਨੰਬਰ ਡੋਰ 'ਤੇ ਲਾਲ ਬੜਾ ਜੇਤੂ ਰਿਹਾ ਜੀ ਖਾਨ ਸਾਹਿਬ ਦਾ ਕੁੱਤਾ ਡੈਲ ਵੋਡਕੋ ਕਾਲਾ ਡੱਬਾ ਜੇਤੂ ਰਿਹਾ ਜੀ ਹਾਂਜੀ 30 ਨੰਬਰ ਡੋਰ ਕਾਲਾ ਲਾਲ ਬੜਾ ਚਿੱਟੇ ਬੜੇ ਬੋਗੀ ਜਾਮਾ ਰਾਏ ਇਹਨਾਂ ਦਾ ਕੁੱਤਾ ਅਲਫਾ ਕਾਲਾ ਹੋਰ ਵੀਰ ਜੀ ਥੋੜ੍ਹਾ ਥੋੜ੍ਹਾ ਪਿੱਛੇ ਨੂੰ ਸਪੀਕਰ ਦੇ ਪਿਛਲੇ ਪਾਸੇ ਹੋ ਜਾਓ ਜੀ ਜਿਹੜੇ ਮੇਰੇ ਵੀਰ ਹਨ ਸੈਂਟਰ ਜਾਈ ਦੇ ਕੋਲੇ ਖੜੇ ਇਹਨਾਂ ਨੂੰ ਪਿੱਛੇ ਕਰ ਦਿਓ ਜੀ ਥੋੜ੍ਹਾ ਥੋੜ੍ਹਾ ਆ ਜਿਹੜੇ ਜੋਗੀ ਖੜੇ ਆ ਬਾਈ ਜੀ ਉਹਦੇ ਪਿੱਛੇ ਖੜਾ ਆ ਹਾਂਜੀ ਚਿੱਟਾ ਪਟਾ ਜੇਤੂ ਰਿਹਾ ਜੀ ਬੋਬੀ ਜਾਮਾ ਰਾਏ ਦਾ ਕੁੱਤਾ ਅਲਫਾ ਕਾਲਾ ਚਿੱਟੇ ਪਟੇ ਜੇਤੂ ਰਿਹਾ ਜੀ ਇਕੱਤੀ ਨੰਬਰ ਡੋਰ ਭੋਲਾ ਸਿੰਘ ਜਾ ਰਹੀ ਹੈ ਜੀ ਲਓ ਜੀ ਇਕੱਤੀ ਨੰਬਰ ਡੋਰ ਨਿਕਲ ਚੁੱਕੀ ਦੇਖੋ ਬਹੁਤ ਸੋਹਣਾ ਮੁਕਾਬਲਾ ਲਓ ਜੀ ਲਾਲ ਪਟਾ ਜੇਤੂ ਰਿਹਾ ਜੀ ਭੋਲਾ ਸਿੰਘ ਰੋੜੀ ਇਹਨਾਂ ਦਾ ਕੁੱਤਾ ਲੱਕੀ ਦੀ ਹਾਂਜੀ ਬੋਲੋ ਜੀ ਨਾਲ ਦੇ ਦੂਸਰਾ ਰਾਊਂਡ ਜੀ ਸ਼ਿਕਾਰੀ ਵੀਰ ਹੈਲੋ ਸ਼ਿਕਾਰੀ ਵੀਰ ਨੋਟ ਕਰੋ ਜੀ ਦੂਸਰਾ ਰਾਊਂਡ ਨਾਲ ਦੀ ਨਾਲ ਸ਼ੁਰੂ ਆ ਜੀ ਦੂਸਰੇ ਰਾਊਂਡ ਦੀ ਪਹਿਲੀ ਜੋਗੀ ਕਾਲਾ ਜਿਸ ਦਾ ਆਪਣਾ ਲਾਲਾ ਜੀ ਉਸਦੇ ਮੁਕਾਬਲੇ ਦੇ ਵਿੱਚ ਗੁਰਵਿੰਦਰ ਸਿੰਘ ਵੈਰੋ ਕੇ ਇਹਨਾਂ ਦਾ ਕੁੱਤਾ ਡੈਰਮਾਰ ਡੋਰੇਮਨ ਕਾਲਾ ਜੀ ਹਾਂਜੀ ਇਸ ਵਿੱਚ ਲਾਲ ਪਟਾ ਜਿੱਤ ਰਿਹਾ ਜੀ ਇਸ ਵਿੱਚ ਲਾਲ ਪਟਾ ਜਿੱਤ ਸੁੱਖ ਖੰਡੂਰ ਸਾਹਿਬ ਇਹਨਾਂ ਦਾ ਕੁੱਤਾ ਬਲੈਕ ਮੈਜਿਕ ਕਾਲਾ ਜਿਸ ਦਾ ਆਪਣਾ ਲਾਲ ਹੋਵੇਗਾ ਜੀ ਇਸ ਦੇ ਮੁਕਾਬਲੇ ਦੇ ਵਿੱਚ ਬ੍ਰਦਰਸ ਗੋਪ ਰਾਏਕੋਟ ਦਾ ਕੁੱਤਾ ਲੇਦਰ ਚਿਤਰਾ ਜੀ ਹਾਂਜੀ ਚਿੱਟਾ ਬੜਾ ਜਿੱਤ ਹੋਇਆ ਜੀ ਕਾਲਾ ਸਿੰਘ ਕਲੀਏ ਵਾਲੇ ਦਾ ਲਾਲ ਜਿਸ ਦਾ ਬੜਾ ਚਿੱਟਾ ਹੋਵੇਗਾ ਜੀ ਹਾਂਜੀ ਚਿੱਟਾ ਪਟਾ ਨਹੀਂ ਆਇਆ ਜੀ
ਹਾਂਜੀ ਇਸ ਦੇ ਮੁਕਾਬਲੇ ਚ ਬ੍ਰਦਰ ਗਰੁੱਪ ਰਾਏਗੋਟ ਇਹਨਾਂ ਦਾ ਕੁੱਤਾ ਲੇਜ਼ਰ ਜੇਤੂ ਹੈ ਜੀ। ਹਾਂਜੀ ਸੋਰੀ ਸੌਖ ਖਡੂਰ ਸਾਹਿਬ ਇਹਨਾਂ ਦਾ ਕੁੱਤਾ ਬਲੈਕ ਮੈਜਿਕ ਕਾਲਾ। ਤੀਜੀ ਡੋਰ ਦੇ ਵਿੱਚ ਗੁਰਵੀਰ ਸਿੰਘ ਹਾਂਜੀ ਦੂਸਰੇ ਰਾਊਂਡ ਦੀ ਤੀਜੀ ਡੋਰ ਹੈ ਜੀ। ਹਾਂਜੀ ਇਸ ਮੁਕਾਬਲੇ ਵਿੱਚ ਚਿੱਟਾ ਬੜਾ ਜੇਤੂ ਹੈ ਜੀ ਜਗਤਾਰ ਸਿੰਘ ਚੰਦ ਪਾਣਾ ਇਹਨਾਂ ਦਾ ਕੁੱਤਾ ਬਾਰਨੀ ਲਾਲ ਜਿਹੜਾ ਚਿੱਟੇ ਬੜੇ ਵਿੱਚ ਜੇਤੂ ਹੈ ਜੀ। ਹਾਂਜੀ ਚੌਥੀ ਡੋਰ ਜੀ ਇਸ ਦੇ ਮੁਕਾਬਲੇ ਵਿੱਚ ਗੋਲਡ ਹਾਂਜੀ ਚੌਥੀ ਡੋਰ ਸਟਾਰਟ ਹੈ ਜੀ। ਇਸ ਮੁਕਾਬਲੇ ਦੇ ਵਿੱਚ ਭੋਲੂ ਗਰੇਵਾਲ ਦੀ ਕੁੱਤੀ ਨੂਰੀ ਕਾਲੀ ਜਿਸਦਾ ਆਪਣਾ ਲਾਲ ਜੇਤੂ ਹੈ ਜੀ। ਹਾਂਜੀ ਦੂਸਰੇ ਰਾਊਂਡ ਦੀ ਪੰਜਵੀਂ ਡੋਰ ਕਾਲਾ ਸਿੰਘ ਘਣੀਏਵਾਲਾ ਇਹਨਾਂ ਦਾ ਮਲੇਰਕੋਟ ਇਹਨਾਂ ਦਾ ਕੁੱਤਾ ਲੀਕ। ਹਾਂਜੀ ਛੇਵੀਂ ਡੋਰ ਦੀ ਤਿਆਰੀ ਵਾਲੀ ਡੋਰ ਕਰਨ ਗਰੁੱਪ ਪਠਾਨਗੜ੍ਹ ਇਹਨਾਂ ਦਾ ਕੁੱਤਾ ਰਜੋ ਕਾਲਾ ਜੀ ਜਿਸਦਾ ਆਪਣਾ ਲਾਲ ਹੈ ਜੀ। ਇਸ ਦੇ ਮੁਕਾਬਲੇ ਦੇ ਵਿੱਚ ਕਰਨ ਗਰੁੱਪ ਪਠਾਨਗੜ੍ਹ ਇਹਨਾਂ ਦਾ ਕੁੱਤਾ ਟੋਮੀ ਕਾਲਾ ਜੀ ਜਿਸਦਾ ਆਪਣਾ ਸਫੇਦ ਹੈ ਜੀ। ਹਾਂ ਦੋਨੇ ਕੁੱਤੇ ਇੱਕੋ ਗਰੁੱਪ ਦੇ ਨੇ। ਜਲਦੀ ਤੋਂ ਜਲਦੀ ਤਿਆਰ ਕਰਕੇ ਸਟਾਰਟਿੰਗ ਲਾਈਨ ਤੇ ਪਹੁੰਚਿਆ ਕਰੋ ਜੀ। ਹਾਂਜੀ ਪੰਜਵੀਂ ਡੋਰ ਜੀ ਕਾਲ ਹੋ ਗਈ ਹੈ ਜੀ। ਹਾਂਜੀ ਇਸ ਦੇ ਵਿੱਚ ਚਿੱਟਾ ਬੜਾ ਜੇਤੂ ਹੈ ਜੀ। ਹੈਲੋ ਛੇਵੀਂ ਡੋਰ ਜੀ ਸੱਤਵੀਂ ਤਿਆਰੀ ਵਾਲੀ ਡੋਰ ਹੈ ਜੀ ਜਿਹੜੀ ਬ੍ਰਦਰ ਸਿੰਘ ਪਰਾਈਕੋਟ ਦੀ ਕੁੱਤੀ ਲੀਜ਼ਾ ਕਾਲੀ ਹੈ ਜੀ। ਇਸ ਦੇ ਮੁਕਾਬਲੇ ਦੇ ਵਿੱਚ ਅਰਸ਼ ਦੀ ਬਰਾੜ ਇਹਨਾਂ ਦਾ ਕੁੱਤਾ ਦੂਸਰੀ ਨੀਲਾ ਜੀ ਜਿਸਦਾ ਬੜਾ ਸਫੇਦ ਹੈ ਜੀ। ਹਾਂਜੀ ਇਸ ਮੁਕਾਬਲੇ ਦੇ ਵਿੱਚ ਸਫੇਦ ਬੜਾ ਜੇਤੂ ਰਿਹਾ ਜੀ। ਦੂਸਰੀ ਨੀਲਾ ਜੀ ਜਿਸਦਾ ਬੜਾ ਸਫੇਦ ਹੈ ਜੀ ਅੱਠਵੀਂ। ਹਾਂਜੀ ਦੂਸਰੇ ਰਾਊਂਡ ਦੀ ਸੱਤਵੀਂ ਡੋਰ ਹੈ ਜੀ। ਹਾਂਜੀ ਹਾਂਜੀ ਇਸ ਮੁਕਾਬਲੇ ਦੇ ਵਿੱਚ ਚਿੱਟਾ ਬੜਾ ਜੇਤੂ ਹੈ ਜੀ। ਅਰਸ਼ਦੀ ਬਰਾਨ ਦਾ ਕੁੱਤਾ ਜੀ ਜਿਹੜਾ ਰੂਸਰੀ ਨੀਲਾ ਜੇਤੂ ਹੈ ਜੀ ਜਿਸਦਾ ਆਪਣਾ ਲਾਲ ਹੈ ਜੀ। ਉਸਦੇ ਮੁਕਾਬਲੇ ਦੇ ਵਿੱਚ ਅਮਰਜੀਤ ਹਾਂਜੀ ਡੋਰ ਸਟਾਰਟ ਹੋ ਗਈ ਜੀ ਦੂਸਰੇ ਰਾਊਂਡ ਦੀ ਅੱਠਵੀਂ ਡੋਰ ਹੈ ਜੀ। ਲਵਜੂ ਚਿੱਤਰਾ ਇਸਦਾ ਬੜਾ ਲਾਲ ਹੈ ਜੀ ਇਸਦੇ। ਹਾਂਜੀ ਨਵੀਂ ਡੋਰ ਸਟਾਰਟ ਹੈ ਜੀ। ਹਾਂਜੀ ਇਸ ਮੁਕਾਬਲੇ ਦੇ ਵਿੱਚ ਚਿੱਟਾ ਬੜਾ ਜੇਤੂ ਹੈ ਜੀ।
ਕੁਲਜੀਤ ਸਿੰਘ ਮੋਗਾ, ਇਹਨਾਂ ਦਾ ਕੁੱਤਾ ਬਿਲਕੁਲ ਲਾਲ ਚਿੱਟੇ ਪੜੇ ਵਿੱਚ ਜਿੱਤੂ ਹੈ ਜੀ। ਹਾਂਜੀ, ਦਸਵੀਂ ਦੌੜ ਦੀ ਗੁਰਮੀਤ ਸਿੰਘ ਗੁਦਾ ਜੀ, ਉਸਦੇ ਮੁਕਾਬਲੇ ਗੁਰਪ੍ਰੀਤ ਸਿੰਘ ਵੜਿੰਗ, ਇਹਨਾਂ ਦਾ ਹਾਂਜੀ ਦੇਖੋ ਜੀ ਮੁਕਾਬਲਾ। ਇਸ ਦੇ ਵਿੱਚ ਲਾਲ ਪੜਾ ਜਿੱਤੂ ਹੈ ਜੀ। ਹਾਂਜੀ, ਆ ਜਿਹੜੀ ਅੱਠਵੀਂ ਦੌੜ ਦਾ ਨੋ ਕੋਰਸ ਹੋਇਆ ਸੀ ਜੀ, ਉਹ ਬਾਰਵੀਂ ਦੌੜ ਤੋਂ ਬਾਅਦ ਭੱਜੂਗੀ ਜੀ। ਨੋ ਕੋਰਸ ਹੋਇਆ ਸੀਗਾ ਜੀ, ਉਹ ਬਾਰਵੀਂ ਦੌੜ ਤੋਂ ਬਾਅਦ ਦੂਸਰੇ ਰਾਊਂਡ ਦੀ ਦਸਵੀਂ ਦੌੜ ਹੈ ਜੀ। ਹਾਂਜੀ, ਦਸਵੀਂ ਦੌੜ ਸਟਾਰਟ ਹੈ ਜੀ। ਹਾਂਜੀ, ਇਸ ਮੁਕਾਬਲੇ ਦੇ ਵਿੱਚ ਚਿੱਟਾ ਬੜਾ ਜੇਤੂ ਹੈ ਜੀ ਗੁਰਪ੍ਰੀਤ ਸਿੰਘ ਵੜਿੰਗ ਦਾ। ਇਹਨਾਂ ਦਾ ਕੁੱਤਾ ਗੈਰੀ ਲਾਲ ਹੈ ਜੀ, ਇਸਦਾ ਪਟਾ ਵੀ ਲਾਲ ਹੈ। ਇਸਦੇ ਮੁਕਾਬਲੇ ਵਿੱਚ ਬਲਵੰਤ ਸਿੰਘ ਚੁੱਪ ਕੀਤੀ, ਇਹਨਾਂ ਦਾ ਕੁੱਤਾ ਬਲੈਕ ਇਸ ਕਾਲਾ ਜੀ, ਇਸਦਾ ਪਟਾ ਸਫੇਦ ਹੈ ਜੀ। ਹਾਂਜੀ, ਇਸ ਮੁਕਾਬਲੇ ਵਿੱਚ ਲਾਲ ਪਟਾ ਜਿੱਤੂ ਹੈ ਜੀ। ਭੋਲਾ ਸਿੰਘ ਰੌਲੀ, ਇਹਨਾਂ ਦੀ ਕੁੱਤੀ ਨੀਵੀ ਲਾਲ ਪਟਾ ਜਿੱਤੂ ਹੈ ਜੀ। ਸੁੱਖ ਕਡੂਰ ਸਾਹਿਬ, ਇਹਨਾਂ ਦਾ ਕੁੱਤਾ ਗੈਰੀ ਲਾਲ ਹੈ ਜੀ। ਕੋਈ ਨੀ। ਹਾਂਜੀ, ਲਾਲ ਪਟਾ ਜੇਤੂ ਲਿਆ ਜੀ ਗੋਪੀ ਡੋਦਰ, ਇਹਨਾਂ ਦਾ ਕੁੱਤਾ ਜੈਕ ਜੀ ਦਾ ਜੇਤੂ ਲਿਆ ਜੀ। ਚੱਲ ਕਰ ਲਾ ਬਸ। ਡਾਕਟਰ ਕਾਲਾ ਸਿੰਘ ਘੜੀਆ, ਇਹਨਾਂ ਦੀ ਕੁੱਤੀ ਸਪੈਰੀ ਲਾਲ ਡੱਬੀ, ਤੇਰਵੀਂ ਦੌੜ ਦੇ ਵਿੱਚ ਲਾਲ ਬੜਾ ਜੇਤੂ ਹੈ ਜੀ ਚਮਕੌਰ ਸਿੰਘ ਫਰੀਦਕੋਟ, ਇਹਨਾਂ ਦੀ ਕੁੱਤੀ ਹੌਲੀ ਲਾਲ ਜੇਤੂ ਹੈ ਜੀ। ਹਾਂਜੀ, ਚੌਦਾਂ ਨੰਬਰ ਦੌੜ ਜੀ, ਬ੍ਰੈਂਡੋ ਨੀਲਾ ਜੀ ਜਿਹਦਾ ਬੜਾ ਸਫੇਦ ਹੈ ਜੀ। ਪੰਦਰਵੀਂ ਦੂਸਰੇ ਰਾਊਂਡ ਦੀ ਚੌਦਵੀਂ ਦੌੜ ਹੈ ਜੀ। ਹਾਂਜੀ, ਇਸ ਮੁਕਾਬਲੇ ਦੇ ਵਿੱਚ ਲਾਲ ਬੜਾ ਜੇਤੂ ਹੈ ਜੀ ਬ੍ਰਦਰ ਗੁਪਰਾਜਕੋਟ, ਇਹਨਾਂ ਦਾ ਕੁੱਤਾ ਲੀਓ ਕਾਲਾ ਲਾਲ ਪੜੇ ਵਿੱਚ ਜਿੱਤੂ ਹੈ ਜੀ। ਹਾਂਜੀ, ਪੰਦਰਵੀਂ ਦੌੜ ਜੀ, ਕਾਲਾ ਡੱਬਾ ਜਿਹੜਾ ਇਹਦਾ ਪਟਾ ਲਾਲ ਹੈ ਜੀ। ਇਸਦੇ ਮੁਕਾਬਲੇ ਸੋਲਵੀਂ ਅਧਿਆਤਰੀ ਦੌੜ ਜਿਹੜੀ ਹੈਗੀ ਹੈ ਜੀ, ਉਹ ਭੋਲਾ ਸਿੰਘ ਰੌਲੀ, ਇਹਨਾਂ ਦਾ ਕੁੱਤਾ ਲੱਕੀ ਲਈ ਕਾਲਾ ਜੀ, ਇਸਦਾ ਪਟਾ ਲਾਲ ਹੈ। ਇਸਦੇ ਮੁਕਾਬਲੇ ਦੇ ਵਿੱਚ ਸੁੱਖ ਖਡੂਰ ਸਾਹਿਬ, ਇਹਨਾਂ ਦਾ ਕੁੱਤਾ ਜੋਗੀ ਕਾਲਾ, ਜਿਸਦਾ ਪਟਾ ਸਫੇਦ ਹੈ ਜੀ। ਹਾਂਜੀ, ਪੰਦਰਵੀਂ ਦੌੜ ਸਟਾਰਟ ਹੋ ਗਈ ਹੈ ਜੀ, ਦੂਸਰੇ ਰਾਊਂਡ ਦੀ ਪੰਦਰਵੀਂ ਦੌੜ ਜੀ। ਇਸ ਮੁਕਾਬਲੇ ਦੇ ਵਿੱਚ
ਲਾਲ ਪਰਾ ਜੇਤੂ ਹੈ ਜੀ। ਰਊਫ ਅਲੀ ਖਾਨ ਇਹਨਾਂ ਦਾ ਕੁੱਤਾ ਡੈਨਵੁੱਡ ਤੋਂ ਕਾਲਾ ਡੱਬਾ ਜੇਤੂ ਹੈ ਜੀ। ਠੀਕ ਆ ਹਾਂਜੀ। ਸੋਲਾ ਨੰਬਰ ਡੋਰਾ ਜੀ ਹਾਂਜੀ ਦੇਖੋ ਜੀ ਮੁਕਾਬਲਾ ਦੂਸਰੇ ਰਾਊਂਡ ਦਾ ਲਾਸਟ ਮੁਕਾਬਲਾ ਜੀ। ਹਾਂਜੀ ਪਟਾ ਲਾਲ ਜੇਤੂ ਹੈ ਜੀ ਢੋਲਾ ਸਿੰਘ ਜੀ ਰੋਲੀ ਦਾ ਕੁੱਤਾ ਲੱਕੀ ਲਈ ਕਾਲਾ ਡੱਬਾ ਇਸ ਦੌਰ ਚੋਂ ਜਿੱਤ ਗਿਆ ਜੀ। ਹਾਂਜੀ ਲਓ ਜੀ ਤੀਸਰੇ ਰਾਊਂਡ ਦੀ ਪਹਿਲੀ ਡੋਰ ਜੀ। ਸੋ ਖਡੂਰ ਸਾਹਿਬ ਇਹਨਾਂ ਦਾ ਕੁੱਤਾ ਬਲੈਕ ਮੈਜਿਕ ਕਾਲਾ ਇਹਦੇ ਪਟਾ ਚਿੱਟਾ ਹੋਵੇ। ਗੁਰਜੀਤ ਸਿੰਘ ਜੀ ਖੁਖਰਾਣਾ ਅਤੇ ਪੰਮਾ ਮੋਗਾ ਇਹਨਾਂ ਵੱਲੋਂ 10,000 ਰੁਪਇਆ, ਇੰਦਰਪ੍ਰੀਤ ਕਮਲ ਭਾਈ ਤੇ ਗੁਰਪ੍ਰੀਤ ਭਾਈ ਤਿੰਨਾਂ ਵੱਲੋਂ 5,000-5,000 ਰੁਪਇਆ ਜੀ। ਕੇਵਲ ਨਿਊਜ਼ੀਲੈਂਡ ਇਹਦੇ ਵੱਲੋਂ 4,000 ਰੁਪਇਆ, ਰਵਿੰਦਰਜੀਤ ਸਿੰਘ ਜੀ ਚੋਲਾ ਸਾਹਿਬ 3,100 ਰੁਪਇਆ, ਅੰਮ੍ਰਿਤਪਾਲ ਡੋਲੀ ਭਾਈ ਥਾਣਾ ਸਿੰਘ ਦੀ ਯਾਦ ਵਿੱਚ ਕਬੱਡੀ ਪਲੇਅਰ ਉਹਨਾਂ ਵੱਲੋਂ 2100 ਰੁਪਇਆ ਜੀ। ਸੇਵਕ ਡੋਲੀ ਭਾਈ ਇਹਨਾਂ ਵੱਲੋਂ 2100 ਰੁਪਇਆ, ਇਹ ਗੰਗਾ ਸਿੰਘ ਦੀ ਯਾਦ ਵਿੱਚ ਨੇ। ਰਿੰਪਾ ਡੋਲੀ ਭਾਈ ਇਹਨਾਂ ਵੱਲੋਂ 2100 ਰੁਪਇਆ, ਇਹ ਸਵਰਗੀ ਮਹਿੰਦਰ ਸਿੰਘ ਦੀ ਯਾਦ ਵਿੱਚ। ਸਰਵਨ ਸਿੰਘ ਭੇਖਾ ਸਰਪੰਚ ਇਹਨਾਂ ਵੱਲੋਂ 1100 ਰੁਪਇਆ, ਚਮਕੌਰ ਸਿੰਘ ਜੀ ਘਾਲਕਲਾ ਇਹਨਾਂ ਵੱਲੋਂ 1100 ਰੁਪਇਆ, ਕੁੱਕੀ ਡੋਲੀ ਭਾਈ ਵੱਲੋਂ 3100 ਰੁਪਇਆ। ਹਾਂਜੀ ਇਸ ਮੁਕਾਬਲੇ ਦੇ ਵਿੱਚ ਚਿੱਟਾ ਪੜਾ ਜਿੱਤਦਾ ਜੀ। ਕਾਕਾ ਮੱਲੀ ਇਹਨਾਂ ਵੱਲੋਂ 1500 ਰੁਪਇਆ, ਵੱਲੋਂ 1100 ਰੁਪਇਆ ਜੀ ਡੋਲੀ ਭਾਈ ਵੱਲੋਂ। ਬਜਨ ਸਰਪੰਚ ਡੋਲੀ ਭਾਈ ਇਹਨਾਂ ਵੱਲੋਂ, ਪੰਸੀ ਨੰਬਰਦਾਰ ਇਹਨਾਂ ਵੱਲੋਂ 1000 ਰੁਪਇਆ, ਪਰਮਜੀਤ ਸਿੰਘ ਦੀ ਚੋਟੀਆਂ 1000 ਰੁਪਇਆ, ਗੁਰਮੀਤ ਸਿੰਘ ਗੰਦਾਰਾ ਮਾਮੇ ਦੀ ਯਾਦ, ਸਰਦਾਰ ਬੁੱਧ ਸਿੰਘ ਦੀ ਯਾਦ ਵਿੱਚ 1100 ਰੁਪਇਆ ਇਹਨਾਂ ਵੱਲੋਂ ਦਿੱਤਾ ਗਿਆ ਜੀ। ਹਾਂਜੀ ਲਿਓ ਜੀ ਦੋ ਨੰਬਰ ਡੋਰ ਜੀ। ਹਾਂਜੀ ਠੀਕ ਆ ਜੀ, ਲਾਲ ਪਟਾ ਜਿੱਤੂਗਾ ਜੀ। ਜਗਤਾਰ ਸਿੰਘ ਚੰਦਪੁਰਾਣਾ ਦਾ ਕੁੱਤਾ ਬਰਨੀ ਲਾਲ ਇਹ ਡੋਰ ਜਿੱਤ ਗਿਆ ਜੀ। ਹਾਂਜੀ ਸ਼ਿਕਾਰੀ ਪ੍ਰਾਈ ਕੋਰਟ ਵੱਲੋਂ ਜਿਹੜਾ ਆਪਾਂ ਚਰਚਾ ਕਰਦੇ ਸੀ ਇਹਨਾਂ ਦੀਆਂ ਰੇਸਾਂ ਕੈਂਸਲ ਆ ਜੀ, ਜਾਂ ਕੋਈ ਬੁਲਟ ਨਹੀਂ ਦੇ ਰਿਹਾ ਇਹ ਮੈਂ। ਤੀਜੇ ਰਾਊਂਡ ਦੀ ਤੀਜੀ ਡੋਰ ਆ ਜੀ। ਇਸ ਦੇ ਵਿੱਚ ਲਾਲ ਪਰਾ ਜੇਤੂ ਹੈ ਜੀ। ਹਾਂਜੀ ਆ ਦਰਸ਼ਕ ਵੀਰਾਂ ਨੂੰ ਸਾਡੀ ਬੇਨਤੀ ਹੈ ਕਿ ਥੋੜ੍ਹਾ ਥੋੜ੍ਹਾ ਪਿੱਛੇ ਹਟ ਜਾਓ ਜੀ, ਹਟ ਜਾਓ ਜੀ। ਉਸਦੇ ਮੁਕਾਬਲੇ ਗੁਰਪ੍ਰੀਤ ਉਡੇਂਗ ਇਹਨਾਂ ਦਾ ਕੁੱਤਾ ਹੀਰੋ ਕਾਲਾ ਡੱਬਾ ਜੀ, ਇਸਦਾ ਬੜਾ ਸਫੇਦ ਹੈ ਜੀ। ਹਾਂਜੀ ਚਾਰ ਨੰਬਰ ਡੋਰ ਆ ਰਹੀ ਹੈ ਜੀ। ਇਸ ਮੁਕਾਬਲੇ ਦੇ ਵਿੱਚ ਸਫੇਦ ਪਟਾ ਜੇਤੂ ਹੈ ਜੀ। ਹਾਂਜੀ ਤੀਸਰੇ ਰਾਊਂਡ ਤੋਂ ਬਾਅਦ ਠੀਕ ਆ ਜੀ। ਹਾਂਜੀ ਹਾਂਜੀ ਇਸ ਮੁਕਾਬਲੇ ਦੇ ਵਿੱਚ ਸਫੇਦ ਪਟਾ ਜੇਤੂ ਹੈ ਜੀ। ਗੁਰਪ੍ਰੀਤ ਸਿੰਘ ਇਹਨਾਂ ਦਾ ਕੁੱਤਾ ਹੀਰੋ। ਹਾਂਜੀ ਮੈਡਮ ਜੀ
ਠੀਕ ਆ ਜੀ। ਗਹਿਰੀ ਲਾਲ ਆ ਜਿਹੜਾ ਉਹ ਮੁਕਾਬਲਾ ਜਿੱਤ ਗਿਆ ਜੀ। ਹਾਂਜੀ ਸੱਤਵੀਂ ਡੋਰ ਜੀ ਚਮਕੌਰ ਸਿੰਘ ਦਾ ਪਟਾ ਵੀ ਲਾਲ ਹੈ ਇਸਦੇ ਮੁਕਾਬਲੇ ਦੇ ਬ੍ਰਦਰ ਜਗੋ ਪ੍ਰਾਈ ਕੋਟ ਗੁਰਮੀਤ ਸਿੰਘ ਜੀ ਗੁਜ਼ਾਰਾ ਇਹਨਾਂ ਵੱਲੋਂ 1100 ਰੁਪਈਆ ਦਿੱਤਾ ਗਿਆ ਜੀ ਸਰਦਾਰ ਬੁੱਧ ਸਿੰਘ ਦੀ ਯਾਦ। ਹਾਂਜੀ ਆਪਣਾ ਮੋਮੈਂਟੋ ਲੈ ਜਾਓ ਜੀ। ਪਰਮਜੀਤ ਸਿੰਘ ਜੀ ਚੋਟੀ ਦਿੱਤਾ ਗਿਆ ਜੀ। ਹਾਂਜੀ ਬਾਈ ਨੂੰ ਪਾਸੇ ਕਰ ਦਿਓ। ਬਜਨ ਸਿੰਘ ਜੀ ਸਾਬਕਾ ਸਰਪੰਚ ਡੋਲੀ ਭਾਈ ਵੱਲੋਂ ਇਹਨਾਂ ਨੂੰ 5000 ਰੁਪਏ ਦਿੱਤਾ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਰਵਿੰਦਰ ਜੀ ਸਿੰਘ ਜੀ ਚੋਲਾ ਸਾਹਿਬ ਜੀ ਸਾਡੇ ਲੈ ਕੇ ਜੀ ਨਾਮ ਪੰਮਾ ਮੋਗਾ ਗੁਰਜੀਤ ਕੁਖਰਾਣਾ ਕਾਕਾ ਮੱਲੀ ਗੁਰਜੀਤ ਸਿੰਘ ਜੀ ਮੱਲੀ ਇਹਨਾਂ ਵੱਲੋਂ 1500 ਰੁਪਈਆ ਜੀ। ਹਰ ਸਾਲ ਕਾਕਾ ਮੱਲੀ ਸਾਡਾ ਮਿੱਤਰ ਬਾਹਰੋਂ 1500 ਰੁਪਈਆ ਸਾਡੇ ਇਸ ਕਲੱਬ ਨੂੰ ਭੇਜਦਾ ਜੀ। ਤਹਿ ਦਿਲੋਂ ਧੰਨਵਾਦ ਜੀ ਕਲੱਬ ਵੱਲੋਂ। ਗੁਰਪ੍ਰੀਤ ਡੋਲੀ ਭਾਈ ਕੁੱਕੀ ਡੋਲੀ ਭਾਈ ਕੁੱਕੀ ਕਾ ਪਰਿਵਾਰ ਚ ਕੋਈ ਨੀ ਹੋਵੇ ਜੀ। ਅੰਮ੍ਰਿਤਪਾਲ ਜੋਗੇ ਵਾਲਾ ਇਹਨਾਂ ਨੇ ਆਪਣੇ ਦਾਦਾ ਜੀ ਯਾਦ ਵਿੱਚ 1100 ਰੁਪਈਆ ਸਾਨੂੰ ਦਿੱਤਾ ਜੀ। ਗੁਰਦੇਵ ਸਿੰਘ ਪੁਰਾਣੇ ਸ਼ਿਕਾਰੀ ਰਹੇ ਨੇ ਕੇਵਲ ਨਿਊਜ਼ੀਲੈਂਡ ਵੱਲੋਂ 4000 ਰੁਪਈਆ ਸਾਡੇ ਕਲੱਬ ਨੂੰ ਦਿੱਤਾ ਜਾਂਦਾ ਜੀ। ਸੱਤੇ ਦਾ ਲੜਕਾ ਇਹਨੂੰ ਅਸੀਂ ਰੇਲਪਾ ਡੋਲੀ ਭਾਈ ਗੁਰਦਾਰਾ ਜੀ ਸਾਡੇ ਕੱਕੜ ਸਿੰਘ ਜੀ ਵੇਰੋਗੇ ਇਹਨਾਂ ਨੇ ਬੁੱਧ ਸਿੰਘ ਦੀ ਯਾਦ ਵਿੱਚ 1100 ਰੁਪਈਆ ਸਾਨੂੰ ਦਿੱਤਾ ਜੀ।
ਠੀਕ ਹੈ ਜੀ। ਸਰਪੰਚ ਸਿੰਘ, ਸਰਪੰਚ ਭੇਖਾ, ਸਰਪੰਚ ਭੇਖਾ ਜਿਹਨਾਂ ਦਾ ਬਹੁਤ ਹੀ ਯੋਗਦਾਨ ਇਹਨਾਂ ਦੌੜਾਂ ਵਿੱਚ, ਹਰ ਸਾਲ ਇਹ ਸਾਨੂੰ ਦਿਲ ਖੋਲ ਕੇ ਪੈਸੇ ਦਿੰਦੇ ਨੇ। ਅਤੇ ਚਮਕੌਰ ਸਿੰਘ ਜੀ ਘਾਲਕਲਾ ਇਹਨਾਂ ਦੇ ਸੱਜਣ ਨੇ, ਉਹਨਾਂ ਨੂੰ 1100 ਰੁਪਇਆ ਹੈ ਜੀ। ਨਾਲ ਹੀ ਬੱਚਿਆਂ ਦੇ ਸਮਾਨ ਦੂਜਾ ਜਨ ਵੀ ਲੈ ਲਓ। ਚਮਕੌਰ ਸਿੰਘ ਜੀ ਘਾਲਕਲਾ ਇਹਨਾਂ ਵੱਲੋਂ 1100 ਰੁਪਇਆ ਜੀ। ਸੇਮ ਕਟੋਲੀ ਭਾਈ ਜਿੱਥੇ ਵਾਸ ਹੁੰਦਾ ਭਾਈ, ਆਪਣਾ ਮੋਮੈਂਟੋ ਲੈ ਲਓ ਜੀ। ਗੁਰਪ੍ਰੀਤ ਇਹਨਾਂ ਵੱਲੋਂ 5000 ਰੁਪਇਆ ਦਿੱਤਾ ਗਿਆ ਜੀ। ਕਮਲ ਤੇ ਇੰਦਰਪ੍ਰੀਤ ਇਹਨਾਂ ਵੱਲੋਂ ਵੀ, ਦੋਨਾਂ ਵੱਲੋਂ 5000 ਰੁਪਇਆ ਜੀ। 3000 ਰੁਪਇਆ ਦਲਜੀਤ ਸਿੰਘ ਜੀ ਇੱਟਾਂ ਵਾਲੀ ਇਹਨਾਂ ਵੱਲੋਂ ਸਾਡੇ ਕਲੱਬ ਨੂੰ ਦਿੱਤਾ ਗਿਆ ਜੀ। ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਦਲਜੀਤ ਸਿੰਘ ਇੱਟਾਂ ਵਾਲੀ ਇਹ ਵੀ ਸਾਡੇ ਕਲੱਬ ਮੈਂਬਰ ਨੇ, ਇਹਨਾਂ ਵੱਲੋਂ 3000 ਰੁਪਇਆ ਸਨੰਦ ਸੇਖੋਂ ਪਿੰਡ ਕੁਖਰਾਣਾ ਆਪਣਾ ਸਨਮਾਨ ਚਿੰਨ੍ਹ ਲੈ ਜਾਣ ਜੀ। ਇਹਨਾਂ ਵੱਲੋਂ 1100 ਰੁਪਇਆ ਸਾਡੇ ਕਲੱਬ ਨੂੰ ਦਿੱਤਾ ਗਿਆ ਜੀ। ਠੀਕ ਹੈ ਜੀ। ਹਾਂਜੀ, ਗੁਰਜੀਤ ਸਿੰਘ ਜੀ ਕੁਖਰਾਣਾ ਪੰਮਾ ਮੋਗਾ ਗਰੇਵਾਲ ਉਹਨਾਂ ਦੀ ਯਾਦ ਵਿੱਚ ਇਹਨਾਂ ਦੇ ਪਰਿਵਾਰ ਵੱਲੋਂ ਫਸਟ ਨਾਮ ਦਿੱਤਾ ਗਿਆ ਜੀ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਇਹਨਾਂ ਦਾ। ਅੰਮ੍ਰਿਤਪਾਲ ਡੋਲੀ ਭਾਈ ਜਿੱਥੇ ਮੇਰੀ ਆਵਾਜ਼ ਸੁਣਦਾ ਹੋਵੇ, ਮੋਮੈਂਟੋ ਲੈ ਜਾਓ ਜੀ। ਭਾਈ ਪਰਮਕਾਰ ਸਿੰਘ ਜੀ, ਚਾਚਾ ਜੀ ਇੰਦਰਪ੍ਰੀਤ ਤੇ ਕਮਲ ਦਾ ਨਾਮ ਲੈ ਲਓ ਜੀ। ਸੇਵ ਸਿੰਘ ਜੀ ਆਓ, ਸਨਮਾਨ ਚਿੰਨ੍ਹ ਦਿੱਤਾ ਜਾਂਦਾ। ਰਮਨਦੀਪ ਐਂਡ ਪਾਰਟੀ ਮੋਗਾ, ਬਾਬਾ ਜੀ ਗਾਸ਼ੀ ਬਾਊ ਇਹ ਮੋਗਾ ਵੱਲੋਂ ਨੇ, ਇਹਨਾਂ ਦਾ ਵੀ ਬਹੁਤ ਇਹਨਾਂ ਦੌੜਾਂ ਵਿੱਚ ਸਹਿਯੋਗ ਹੈ ਜੀ। ਰਮਨਦੀਪ ਸਿੰਘ ਮੋਗਾ ਦਿੱਤਾ ਗਿਆ ਜੀ। ਅਸੀਂ ਇਹਨਾਂ ਦੇ ਤਹਿ ਦਿਲ ਧੰਨਵਾਦ ਹਾਂ, ਉਹਨਾਂ ਦੀ ਗਰੁੱਪ ਦਾ ਆਦਮੀ ਸਨਮਾਨ ਚਿੰਨ੍ਹ ਲੈ ਰਹੇ ਹਾਂ। ਹਾਂਜੀ, ਬਲਵਿੰਦਰ ਸਿੰਘ ਸਰਪੰਚ ਜਿੱਥੇ ਵੀ ਆ, ਜੇ ਕਿਸੇ ਸ਼ਿਕਾਰੀ ਵੀਰ ਨੇ ਟੀਕਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂ ਹੋਰ ਨਸ਼ਾ ਪੱਤਾ ਦਿੱਤਾ ਤਾਂ ਉਹ ਪਤਾ ਸਕ੍ਰੈਚ ਹੋ ਜਾਵੇਗਾ ਜੀ। ਸ਼ਿਕਾਰੀ ਵੀ ਨੋਟ ਕਰ ਲਓ ਜੀ। ਬੱਚਿਆਂ ਨੂੰ ਬੇਨਤੀ ਹੈ ਕਿ ਪਿੱਛੇ ਅਗਲੀ ਡੋਰ ਹੈ ਜੀ, ਜਿਸ ਦੇ ਵਿੱਚ ਸੌ ਖਡੂਰ ਸਾਹਿਬ ਇਹਨਾਂ ਦਾ ਕੁੱਤਾ ਬਲੈਕ ਮੈਜਿਕ ਕਾਲਾ, ਇਸਦਾ ਪਟਾ ਲਾਲ ਹੈ ਜੀ। ਉਸਦੇ ਮੁਕਾਬਲੇ ਦੇ ਵਿੱਚ ਜਗਤਾਰ ਸਿੰਘ ਚੰਦ ਪੁਰਾਣਾ ਇਹਨਾਂ ਦਾ ਕੁੱਤਾ ਬਣੀ। ਇਹਨਾਂ ਨੂੰ ਥੋੜਾ ਥੋੜਾ ਪਿੱਛੇ ਹਟਾ ਜੀ, ਕੈਮਰੇ ਦੀ ਪ੍ਰੋਬਲਮ ਆ ਰਹੀ ਹੈ ਦੇਖਣ ਨੂੰ। ਆਹ ਕੁਰਸੀਆਂ ਪਿੱਛੇ ਕਰਾ ਲਓ ਇਹਨਾਂ ਦਾ।
ਨੇ ਸਾਡੇ ਬਰਾਬਰ ਬੈਠੇ ਨੇ। ਹਾਂਜੀ ਚੌਥੇ ਰਾਊਂਡ ਦੀ ਪਹਿਲੀ ਡੋਰ ਹੈ ਜੀ। ਹਾਂਜੀ ਪਟਾ ਲਾਲ ਇਸ ਦੌਰ ਵਿੱਚੋਂ ਜਿੱਤ ਗਿਆ ਜੀ। ਅੱਗੇ ਬੈਠੇ ਨਾ ਪਿੱਛੇ ਕਰੋ ਬਾਈ ਜੀ ਯਾਰ ਪਿੱਛੇ ਲਾਈਨ ਲਾਈ ਕਰ ਲਾ ਬਸ। ਟੈਨ ਨੰਬਰ ਡੋਰ ਆ ਰਹੀ ਹੈ ਜੀ ਗੁਰਮੀਤ ਗੰਦਾਰਾ ਦਾ ਕੁੱਤਾ ਐਬੀ ਰੋਇਲ ਲਾਲ ਪਟੇਜਾ ਜੀ। ਮੁਕਾਬਲੇ ਦੇ ਗੋਪੀ ਦੌਦਰ ਦਾ ਕੁੱਤਾ ਜੈਕ ਚਿੱਤਰਾ ਚਿੱਟੇ ਪਟੇਜਾ ਜੀ। ਦੇਖੋ ਜੀ ਮੁਕਾਬਲਾ ਬਹੁਤ ਹੀ ਵਧੀਆ ਮੁਕਾਬਲਾ ਜੀ। ਟੈਨ ਨੰਬਰ ਡੋਰ ਸੀ ਗੁਰਮੀਤ ਗੰਦਾਰਾ ਦਾ ਕੁੱਤਾ ਲਾਲ ਪਟਾ ਜੇਤੂ ਜੀ। ਥੋੜਾ ਥੋੜਾ ਪਿੱਛੇ ਹਟ ਜਾਓ ਜੀ ਜਿਹੜੇ ਅੱਗੇ ਕੁਰਸੀਆਂ ਤੇ ਬੈਠੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ। ਥੋੜਾ ਥੋੜਾ ਦੋਨੇ ਪਾਸੇ ਪਿੱਛੇ ਹਟ ਜਾਓ ਜੀ। ਦੇਖੋ ਜੀ ਮੁਕਾਬਲਾ ਚਿੱਟਾ ਬੜਾ ਜੇਤੂਆ ਜੀ ਰੂਫ ਅਲੀ ਖਾਂ ਇਹਨਾਂ ਦਾ ਕੁੱਤਾ ਡੈਵਿਸ ਮਿੰਟਰ ਕਾਲਾ ਡੱਬਾ ਇਹ ਡੋਰ ਜਿੱਤ ਗਿਆ ਜੀ। ਹਾਂਜੀ ਲਿਆਓ ਜੀ ਪੰਜਵੇਂ ਰਾਊਂਡ ਦੀ ਪਹਿਲੀ ਡੋਰ ਲਾਲ ਪਾ ਲਓ ਜੀ। ਮੁਕਾਬਲੇ ਤੇ ਰੂਫ ਅਲੀ ਖਾਂ ਹਾਂਜੀ ਦੇਖੋ ਜੀ ਬਹੁਤ ਹੀ ਵਧੀਆ ਮੁਕਾਬਲਾ ਸੈਮੀ ਫਾਈਨਲ ਪਹਿਲਾ ਜੀ ਚਿੱਟਾ ਬੜਾ ਜੇਤੂ ਹੈ ਜੀ ਰੂਫ ਅਲੀ ਖਾਂ ਮੇਰਕੋਲਰ ਕੁੱਤਾ ਲੀ ਇਹ ਮੁਕਾਬਲੇ ਜੋ ਜੇਤੂ ਹੈ ਜੀ। ਜਿਹੜਾ ਹਾਰ ਗਿਆ ਉਹ ਤੀਜੇ ਚੌਥੇ ਸਥਾਨ ਵਾਸਤੇ ਭੱਜੇਗਾ। ਬਾਈ ਜੀ ਦੀ ਤਿਆਰੀ ਰੱਖੋ ਨਾਲ ਦੀ ਨਾਲ ਹੀ। ਲਿਆ ਜੀ ਦੋ ਨੰਬਰ ਡੋਰ ਪੰਜਵੇਂ ਰਾਊਂਡ ਦੀ ਗੁਰਮੀਤ ਗੁੰਦਾਰਾ ਮੁਕਾਬਲੇ ਤੇ ਰੂਫ ਅਲੀ ਖਾਂ ਮੇਰਕੋਲਰ ਹਾਂਜੀ ਦੇਖੋ ਜੀ ਬਹੁਤ ਹੀ ਸਖ਼ਤ ਮੁਕਾਬਲਾ ਸੈਕਿੰਡ ਸੈਮੀ ਫਾਈਨਲ ਹੈ ਜੀ ਇਹ ਪਟਾ ਲਾਲ ਜੀ ਗੁਰਮੀਤ ਸਿੰਘ ਜੀ ਗੰਦਾਰਾ ਇਹਨਾਂ ਦਾ ਕੁੱਤਰ ਐਪੀ ਰੋਇਲ ਲਾਲ ਪਟਾ ਲਾਲ ਇਹ ਮੁਕਾਬਲਾ ਜਿੱਤ ਗਿਆ ਜੀ। ਹਾਂਜੀ ਦੋਨੋਂ ਹੀ ਜਿਹੜੇ ਮੁਕਾਬਲੇ ਸੀ ਬਹੁਤ ਹੀ ਵਧੀਆ ਹੋਏ। ਹੁਣ ਤਿੰਨ ਮਿੰਟਾਂ ਦੀ ਰੇਸ ਦੇ ਬਾਅਦ ਤੀਜਾ ਚੌਥਾ ਅਤੇ ਫਸਟ ਸੈਕਿੰਡ ਇਹ ਦੋ ਡੋਰਾਂ ਰਹੀਆਂ ਨੇ। ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਕਿ ਪੰਜ ਮਿੰਟਾਂ ਬਾਅਦ ਠੀਕ ਤੀਜਾ ਚੌਥਾ ਅਤੇ ਫਾਈਨਲ ਡੋਰ ਹੋਵੇਗੀ ਜੀ। ਪੰਜ ਮਿੰਟ ਮੁਕਾਬਲੇ ਦੇਖਿਓ ਬਹੁਤ ਹੀ ਵਧੀਆ ਦਰਸ਼ਕ ਜਿਹਨਾਂ ਨੇ ਸਾਨੂੰ ਇੰਨਾ ਸਹਿਯੋਗ ਦਿੱਤਾ ਉਮੀਦ ਨਾਲੋਂ ਵੱਧ ਤੁਸੀਂ ਸਾਨੂੰ ਸਹਿਯੋਗ ਦਿੱਤਾ। ਕੋਈ ਅਸੀਂ ਅੱਗੇ ਰੱਸੀ ਜਾਂ ਡੰਡੇ ਨਹੀਂ ਬੰਨੇ ਕਿ ਤੁਸੀਂ ਗਾਹ ਹੋਗੇ ਜਿੱਥੇ ਤੁਹਾਨੂੰ ਭਾਰਤ ਵੀ ਉੱਥੇ ਬੈਠੇ ਬਹੁਤ ਹੀ ਸੂਝਵਾਨ ਦਰਸ਼ਕ ਨੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਜੀ। ਮੋਗੇ ਵਾਲੀਆਂ ਟਰੈਕ ਦੌੜਾਂ ਪਹਿਲਾਂ ਉਹਨਾਂ ਨੇ ਕਿਹਾ ਸੀ ਅਲੱਗ ਅਲੱਗ ਹੋਣਗੀਆਂ ਪਰ ਇੰਡੀਅਨ ਤੇ ਬਾਹਰਲੇ ਕੁੱਤੇ ਇਕੱਠੇ ਭੱਜਣਗੇ ਜੀ। ਨਛੱਤਰ ਸਿੰਘ ਗਿੱਲ ਦੀ ਯਾਦ ਵਿੱਚ 6 ਜਨਵਰੀ ਨੂੰ ਜੀ 7 ਜਨਵਰੀ ਨੂੰ ਜੀ ਮੋਗਾ ਦੇ ਡੀਐਮ ਕਾਲਜ ਕੈਮਰੇ ਨੂੰ ਪ੍ਰੋਬਲਮ ਆਊਗੀ ਥੋੜਾ ਥੋੜਾ ਪਿੱਛੇ ਹਟੋ ਜੀ। ਡੋਰ ਆ ਰਹੀ ਜੀ ਫਾਈਨਲ ਡੋਰ ਜਾਂ ਸਾਹਿਬਾਨ ਦੇਖੋ ਜੀ ਫਾਈਨਲ ਮੁਕਾਬਲਾ ਜੀ ਫਾਈਨਲ ਮੁਕਾਬਲੇ ਚ ਪਟਾ ਸਫੈਦ ਜਿੱਤ ਗਿਆ ਜੀ। ਗੁਰਮੀਤ ਸਿੰਘ ਜੀ ਗੰਦਾਰਾ ਇਹਨਾਂ ਦਾ ਕੁੱਤਾ ਐਬੀ ਰੋਇਲ ਲਾਲ ਅੱਜ ਦਾ ਚੈਂਪੀਅਨ ਜੀ। ਦੂਸਰੇ ਨੰਬਰ ਤੇ ਰੂਫ ਅਲੀ ਖਾਂ ਮੇਰਕੋਲਰ ਦਾ ਕੁੱਤਾ ਕਾਲਾ ਜੀ ਇਹ ਸੈਕਿੰਡ ਰਿਹਾ ਜੀ। ਆਏ ਹੋ ਸ਼ਿਕਾਰੀ ਵੀਰਾਂ ਨੂੰ
ਮੁੱਖ ਮਹਿਮਾਨਾਂ ਨੂੰ ਜਾਂ ਜਿੰਨੇ ਸਾਡੇ ਰਿਸ਼ਤੇਦਾਰ ਸਾਕ ਸੰਬੰਧੀ ਜਾਂ ਜਿੰਨੇ ਕਖਰਾਣੇ ਤੋਂ ਜਾਂ ਹੋਰ ਵੀ ਜਿਹੜੇ ਆਏ ਨੇ ਦੂਰੋਂ ਨੇੜੇ ਜਿੰਨੇ ਸ਼ਿਕਾਰੀ ਆਏ ਨੇ ਭਾਈ ਪਰਮਕਾਰ ਸਿੰਘ ਅਤੇ ਸਾਡੇ ਪਰਿਵਾਰ ਵੱਲੋਂ ਭਾਈ ਹਰਪਾਲ ਸਿੰਘ ਮੋਰੀਅਲ ਕਲੱਬ ਵੱਲੋਂ ਸਾਰਿਆਂ ਵਾਸਤੇ ਬੇਨਤੀ ਹੈ ਕਿ ਘਰੇ ਜ਼ਰੂਰ ਹੋ ਕੇ ਜਾਣਾ ਜੀ। ਸ਼ਿਕਾਰੀ ਵੀਰਾਂ ਨੂੰ ਬੇਨਤੀ ਕਿ ਘਰੇ ਹਾਜ਼ਰੀ ਲਵਾ ਕੇ ਜਾਣੀ ਹੈ ਜੀ। ਰੋਸ਼ਨ ਪੁਰਾਣੇ ਪੁਰਾਣੇ ਸ਼ਿਕਾਰੀ ਨੇ ਜਿਨ੍ਹਾਂ ਨੇ ਲਾਪੂ ਦੇ ਬਾਉਣ ਦੋਨਾਂ ਗੁੱਟੇ ਨੂੰ ਭਜਾਇਆ ਸੀਗਾ। ਕੌੜਾ ਸਿੰਘ ਸੇਖੋਂ ਪਿੰਡ ਕਲੇਰ, ਸੁਖਦੇਵ ਸਿੰਘ ਜੀ ਸਮਾਲਸਰ ਤੇ ਕੋਹਲਾ ਸਮਾਲਸਰ, ਸੁਖਦੇਵ ਸਮਾਲਸਰ ਪੋਲਾ ਸਮਾਲਸਰ, ਇਹ ਲਾਈਵ ਪ੍ਰਸਾਰਣ ਪੰਜਾਬ ਲਾਈਵ 1.com ਤੇ ਚੱਲ ਰਿਹਾ ਜੀ। ਸਾਰੇ ਇਹਨਾਂ ਨੇ ਕਵਰੇਜ ਕੀਤੀ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਟੈਂਟ ਸਰਵਿਸ ਵਾਲਿਆਂ ਦਾ ਵੀ, ਟ੍ਰੈਕ ਗੁਰੂ ਅਤੇ ਮੇਨ ਜੱਜ ਸਾਹਿਬਾਨ ਰਵਿੰਦਰਜੀਤ ਸਿੰਘ ਜੀ ਚੋਲਾ ਸਾਹਿਬ, ਕਾਲਾ ਗਿੱਲ ਸਿੰਘ ਜੀ ਚੋਲਾ ਸਾਹਿਬ ਸਾਡੇ ਮੇਨ ਜੱਜ ਸਾਹਿਬਾਨ, ਬਿੱਟੂ ਟੰਮੀ ਆਪਰੇਟਰ ਜੀ, ਗੋਲੂ ਟਰੈਕ ਮਾਸਟਰ, ਬਾਬਾ ਕਾਲਾ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹਰੇਕ ਸਾਲ ਤੁਸੀਂ ਇਸ ਸੇਵਾ ਨੂੰ ਬੋਲ ਰਹੇ ਹੋ ਜੀ ਆਇਆਂ ਨੂੰ ਜੀ। ਫਿਰ ਕੋਈ ਇਤਰਾਜ ਨਾ ਕਰੇ ਕਿ ਮੈਂ ਰਹਿ ਗਿਆ। ਅੱਠਵਾਂ ਨਾਮ ਜੀ, ਬ੍ਰਦਰਸ ਗਰੁੱਪ ਰਾਇਕ, ਇਹਨਾਂ ਦਾ ਕੁੱਤਾ ਲੀਓ ਜੀ,
ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ, ਤੁਸੀਂ ਬਹੁਤ ਹੀ ਦੂਰੋਂ ਚੱਲ ਕੇ ਆਏ ਹੋ। ਇਹਨਾਂ ਨੇ ਜੀ ਦੌੜਾਂ ਕਰਾਉਣੀਆਂ, ਬਹੁਤ ਵਧੀਆ ਸਾਰੇ ਸ਼ਿਕਾਰੀ ਵੀਰ ਇਹਨਾਂ ਦੌੜਾਂ ਵਿੱਚ ਪਹੁੰਚੋ ਜੀ। ਸੱਤਵਾਂ ਨਾਮ ਜੀ ਜਗਤਾਰ ਸਿੰਘ ਜੀ ਚੰਦ ਪੁਰਾਣਾ, ਇਹਨਾਂ ਦਾ ਕੁੱਤਾ ਬਰਨੀ ਲਾਲ। ਵੀਰ ਜੀ ਥੋੜ੍ਹਾ ਥੋੜ੍ਹਾ ਦਾਇਰਾ ਖੁੱਲ੍ਹਾ ਕਰ ਦਿਓ ਜੀ। ਜਗਤਾਰ ਸਿੰਘ ਜੀ ਚੰਦ ਪੁਰਾਣਾ, ਇਹਨਾਂ ਦਾ ਕੁੱਤਾ ਬਰਨੀ ਲਾਲ, ਇਹ ਸੱਤਵੇਂ ਨੰਬਰ ਤੇ ਹੈ ਜੀ। ਠੀਕ ਹੈ ਜੀ, ਸਾਡੇ ਕਲੱਬ ਵੱਲੋਂ ਤੁਹਾਨੂੰ ਵਧਾਈਆਂ ਜੀ। ਛੇਵਾਂ ਨਾਮ ਗੋਪੀ ਦੋਦਰ ਦਾ ਕੁੱਤਾ ਜੈ ਚਿਤਰਾ। ਛੇਵਾਂ ਨਾਮ ਸਰਬਨ ਸਿੰਘ ਜੀ ਭੇਖਾ, ਜਿੱਥੇ ਵਾਸਣ ਸਾਡੇ ਕੋਲ ਨੇੜੇ ਆਉਣ ਜੀ। ਚਮਕੌਰ ਸਿੰਘ ਘੱਲ ਕਲਾਂ, ਇੱਕੋ ਮਿੰਟ ਜੀ, ਚਮਕੌਰ ਸਿੰਘ ਜੀ ਘੱਲ ਕਲਾਂ ਤੇ ਸਰਬਨ ਸਿੰਘ ਭੇਖਾ, ਜਿੱਥੇ ਮੇਰੀ ਆਵਾਜ਼ ਸੁਣਦੇ ਹੋਣ ਬਾਈ ਜੀ ਮੇਰੇ ਨੇੜੇ ਆ ਜਾਓ ਜੀ। ਛੇਵਾਂ ਨਾਮ ਉਹਨਾਂ ਵੱਲੋਂ ਦਿੱਤਾ ਜਾਣਾ ਜੀ। ਇਹ ਪੰਜਵਾਂ ਨਾਮ ਸੇਵਕ ਸਿੰਘ ਜੀ, ਸਰਦਾਰ ਗੰਗਾ ਸਿੰਘ ਦੀ ਯਾਦ ਵਿੱਚ ਟੋਲੀ ਭਾਈ ਵੱਲੋਂ ਵੀ ਸਾਡੇ ਸਟੇਜ ਦੇ ਨੇੜੇ ਆ ਜਾਣ ਜੀ। ਥੋੜਾ ਫਿਰ ਇੱਧਰ ਹੋ ਜਾ। ਸਰਬਨ ਸਿੰਘ ਭੇਖਾ, ਚਮਕੌਰ ਸਿੰਘ ਘੱਲ ਕਲਾਂ ਬਾਈ ਜੀ, ਜਿੱਥੇ ਵੀ ਹੋ। ਸਰਬਨ ਸਿੰਘ ਭੇਖਾ ਕਲੱਬ ਵੱਲੋਂ ਦੇ ਦਿਓ ਜੀ ਨਾਮ। ਸਰਬਨ ਸਿੰਘ ਭੇਖਾ ਇਹਨਾਂ ਵੱਲੋਂ ਤੇ ਚਮਕੌਰ ਸਿੰਘ ਘੱਲ ਕਲਾਂ ਵੱਲੋਂ ਇਹ ਜਿਹੜਾ ਨਾਮ ਹੈ ਕਲੱਬ ਵੱਲੋਂ ਦਿੱਤਾ ਗਿਆ ਜੀ। ਪੰਜਵਾਂ ਨਾਮ ਜੀ ਸੁੱਖ ਖਡੂਰ ਸਾਹਿਬ, ਇਹਨਾਂ ਦਾ ਕੁੱਤਾ ਗੈਰੀ ਲਾਲ। ਇਹ ਇਨਾਮ ਸੇਵਕ ਸਿੰਘ ਜੀ ਡੋਲੀ ਭਾਈ ਇਹਨਾਂ ਵੱਲੋਂ ਸਰਦਾਰ ਗੰਗਾ ਸਿੰਘ ਦੀ ਯਾਦ ਵਿੱਚ ਦਿੱਤਾ ਜਾਂਦਾ ਜੀ। ਅਸੀਂ ਕਲੱਬ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਜੇਤੂ ਖਿਡਾਰੀਆਂ ਨੂੰ, ਕੁੱਤਿਆਂ ਨੂੰ, ਸ਼ਿਕਾਰੀ ਵੀਰਾਂ ਨੂੰ ਸਾਡੇ ਵੱਲੋਂ ਵਧਾਈਆਂ ਜੀ। ਠੀਕ ਹੈ ਵੀਰੇ, ਗੰਗਾ ਸਿੰਘ ਦੀ ਯਾਦ ਵਿੱਚ ਜੀ ਪੰਜਵਾਂ ਨਾਮ ਜੀ। ਚੌਥਾ ਨਾਮ ਜੀ ਰਿੰਪਾ, ਕਬੱਡੀ ਖਿਡਾਰੀ ਡੋਲੀ ਭਾਈ ਵੱਲੋਂ। ਹਾਂਜੀ, ਚੌਥਾ ਨਾਮ ਮਹਿੰਦਰ ਸਿੰਘ, ਮੈਂਬਰ ਪੰਚਾਇਤ ਡੋਲੀ ਭਾਈ, ਉਹਨਾਂ ਦੀ ਯਾਦ ਵਿੱਚ ਰਿੰਪੇ ਕਬੱਡੀ ਖਿਡਾਰੀ ਵੱਲੋਂ ਦਿੱਤਾ ਗਿਆ ਜੀ। ਅਸੀਂ ਉਹਨਾਂ ਦਾ ਤਹਿ ਦਿਲੋਂ ਕਰਦੇ ਹਾਂ ਜੀ, ਜੇਤੂਆਂ ਨੂੰ ਵਧਾਈਆਂ ਜੀ। ਤੀਸਰਾ ਨਾਮ ਸਾਡੇ ਪਿੰਡ ਦੇ ਠਾਣਾ ਸਿੰਘ ਕਬੱਡੀ ਖਿਡਾਰੀ ਅੰਮ੍ਰਿਤਪਾਲ ਦੇ ਪਿਤਾ ਜੀ ਦੀ ਯਾਦ ਵਿੱਚ ਸਰਦਾਰ ਠਾਣਾ ਸਿੰਘ ਜੀ ਕਬੱਡੀ ਖਿਡਾਰੀ ਵੱਲੋਂ ਦਿੱਤਾ ਗਿਆ ਜਾਂਦਾ ਜੀ। ਅਸੀਂ ਇਹਨਾਂ ਦਾ ਕਲੱਬ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਡੇ ਕਮੇਟੀ ਮੈਂਬਰ ਕਰਦੇ ਨੇ ਜੀ, ਅੰਮ੍ਰਿਤਪਾਲ ਸਿੰਘ ਵੱਲੋਂ ਜਿਹੜਾ ਇਹ ਇਨਾਮ ਦਿੱਤਾ ਜਾਂਦਾ। ਤੀਜਾ ਸਰਦਾਰ ਠਾਣਾ ਸਿੰਘ ਜੀ ਕਬੱਡੀ ਖਿਡਾਰੀ ਪਿੰਡ ਡੋਲੀ ਭਾਈ ਦੀ ਯਾਦ ਵਿੱਚ, ਇਹਨਾਂ ਦੇ ਪਿਤਾ ਜੀ ਦੀ ਯਾਦ ਵਿੱਚ ਹੈ ਜੀ। ਦੂਸਰਾ ਨਾਮ ਜੀ ਗੁਰਜੀਤ ਸਿੰਘ ਧਾਲੀਵਾਲ ਤੇ ਪੰਮਾ ਮੋਗਾ। ਗੁਰਜੀਤ ਸਿੰਘ ਜੀ ਧਾਲੀਵਾਲ ਖੋਖਰਾਣਾ, ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਮੈਂਬਰ ਇੱਥੇ ਨੇ ਅਤੇ ਸਾਡੇ ਕਲੱਬ ਨੂੰ 10,000 ਰੁਪਇਆ ਇਹਨਾਂ ਵੱਲੋਂ ਦਿੱਤਾ ਗਿਆ ਜੀ। ਹਾਂਜੀ ਹਾਂਜੀ ਜੀ, ਹਾਂਜੀ, ਇਹ ਹੈ ਜੀ ਦੂਸਰਾ ਨਾਮ। ਠੀਕ ਹੈ ਜੀ, ਧਾਲੀਵਾਲ ਗੁਰਜੀਤ ਸਿੰਘ ਅਤੇ ਪੰਮਾ ਮੋਗਾ ਵੱਲੋਂ ਜੀ, ਜੇਤੂ ਕੁੱਤੇ ਵਾਲਿਆਂ ਨੂੰ ਸਾਨੂੰ ਥੋੜਾ ਥੋੜਾ ਮੇਰੇ ਵੀਰ ਆਏ ਨੇ, ਥੋੜਾ ਥੋੜਾ ਡੇਰਾ ਖੁੱਲਾ ਕਰ ਲਓ, ਡੇਰਾ ਖੁੱਲਾ ਕਰ ਲਓ ਜੀ, ਇੱਕੋ ਮਿੰਟ ਜੀ।
ਰਾਜਾ ਫਰੀਦਕੋਟ ਇਹ ਟੋਲੂ ਗਰੇਵਾਲ ਦੇ ਰਿਸ਼ਤੇਦਾਰ ਨੇ, ਇਹਨਾਂ ਦਾ ਵੀ ਬਹੁਤ ਸਹਿਯੋਗ ਹੈ ਸਾਡੀਆਂ ਦੌੜਾਂ ਵਿੱਚ। ਸਰਦਾਰ ਬਲਵੰਤ ਸਿੰਘ ਦੀ ਗਰੇਵਾਲ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਕਲੱਬ ਨਾਲ ਰਲ ਕੇ ਭਾਈ ਹਰਪਾਲ ਸਿੰਘ ਮੈਮੋਰੀਅਲ ਕਲੱਬ ਨਾਲ ਜੁੜ ਕੇ ਇਹ ਪਹਿਲਾ ਨਾਮ 10,000 ਰੁਪਇਆ ਟੋਲੂ ਗਰੇਵਾਲ ਵੱਲੋਂ ਮਾਸਟਰ ਬਲਵੰਤ ਸਿੰਘ ਜੀ ਗਰੇਵਾਲ ਦੀ ਯਾਦ ਵਿੱਚ ਜੀ ਆਏ ਹੋਏ ਸ਼ਿਕਾਰੀ ਵੀਰਾਂ ਨੂੰ ਵਧਾਈਆਂ ਜੀ। ਜੀ ਆਇਆਂ ਨੂੰ ਹਰ ਸਾਲ ਦੀ ਤਰ੍ਹਾਂ ਤੁਸੀਂ ਸਾਡੇ ਇਸ ਵਿਹੜੇ 'ਚ ਰੌਣਕਾਂ ਲਾਈ ਰੱਖਣੀਆਂ। ਗੋਲੂ ਗੋਲੂ ਟਰੈਕ ਗੋਲੂ ਖਰੜ ਜਰਮੈਲ ਸਿੰਘ ਜੀ ਝੀਂਗੜਾ ਇਹ ਡੋਰਜੀ ਨੇ ਅੱਜ ਦੇ ਪ੍ਰਤਾਪ ਸਿੰਘ ਜੀ ਪ੍ਰਧਾਨ ਅਰੁਣ ਬਾਈ ਜੀ ਉਹ ਕਾਕੇ ਪਿੱਛੇ ਹੋਏ ਇੱਧਰ ਨੂੰ ਡਗਰੂ ਤੋਂ ਟੈਂਟ ਸਰਵਿਸ ਹਰ ਸਾਲ ਇਹ ਟੈਂਟ ਦੀ ਸਰਵਿਸ ਸਾਡੇ ਵਾਸਤੇ ਮੁਹੱਈਆ ਕਰਾਉਂਦੇ ਨੇ ਬਾਈ ਜੀ ਬਹੁਤ ਹੀ ਵਧੀਆ ਸਰਵਿਸ ਤੁਹਾਡੀ। ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਜੀ ਕਲੱਬ ਵੱਲੋਂ। ਜੀ ਆਇਆਂ ਜੀ ਹਰ ਸਾਲ ਇਹ ਮੇਲਾ 1 ਜਨਵਰੀ ਨੂੰ ਕਰਵਾਇਆ ਜਾਵੇਗਾ। ਸ਼ਿਕਾਰੀ ਵੀ ਨੋਟ ਕਰ ਲਓ ਜੀ।